ਇੱਕ ਕਿੱਲੇ ਦੀ ਆਮਦਨ ਆ ਸਾਲ ਦੀ ਨਾ, ਇੱਥੇ ਕਿੱਲੇ ਤੁਸੀਂ ਚੋਂ ਉਹ ਇੱਕ ਗਾਂ ਦੀ ਮੰਨ ਲਾ ਬਸ, ਬਹੁਤ ਵੱਡੀ ਗੱਲ ਕਹਿ ਰਹੇ ਹੋ ਵੀਰੇ। ਐਡੀ ਉਹ ਆ, ਇੰਨੇ ਵੱਡੇ ਫਾਰਮ ਦੇ ਵਿੱਚ ਕਿੰਨੇ ਬੰਦੇ ਨੇ ਲੇਬਰ ਵਾਲੇ? ਵੀਰੇ ਇੱਕ ਬੰਦਾ, ਇੱਕ ਬੰਦਾ 90 ਐਨੀਮਲਾਂ ਨੂੰ ਸਾਂਭੀ ਜਾਂਦਾ। ਬਿਲਕੁਲ ਬਿਲਕੁਲ ਵੀਰੇ, ਫੁੱਲ ਮੋੜੂਗਾ ਜੇ ਇਹਨਾਂ ਦੇ ਵਿੱਚ ਡਿਊਟੀ ਦਊਗਾ ਜੀ, ਜੇ ਚਿੱਟੇ ਕੱਪੜੇ ਪਾ ਕੇ ਐਨਕਾਂ ਲਾ ਕੇ ਬਾਜ਼ਾਰ ਘੁੰਮਣਾ, ਫੇਰ ਨਹੀਂ ਇਹਨਾਂ ਨੂੰ ਰੱਖਣ ਦਾ ਫਾਇਦਾ ਹੈਗਾ। ਬਿਜਲੀ ਤੇ ਚੱਲਦਾ ਇਹ, ਆਪਾਂ ਨੇ ਬਟਨ ਦੱਬ ਦੇਣਾ ਇਹਦਾ ਤੇ ਸਾਫ਼ ਹੋ ਜਾਣਾ। ਇਹ ਆਪਦਾ ਉਰੇ ਸਿੱਟ ਕੇ ਗੋਹਾ, ਇਹ ਵਾਪਸ ਵਗ ਜਾਂਦਾ। ਮੈਂ ਤਾਂ ਬੱਛੀ ਰੱਖ ਕੇ ਵੀ ਘੱਟ ਰਾਜੀ ਆ, ਮੱਝ ਦਾ ਕੰਮ ਦੂਰ ਆ। ਇਹ ਵੀਰੇ ਰੱਖਣਾ ਪੈਂਦਾ ਆ ਵਿੱਚ, ਇਹ ਰੀਪ੍ਰੋਡਕਸ਼ਨ ਲਈ ਇੱਕ ਬੰਦੇ ਨਾਲ ਇੰਨੀ ਸੋਹਣੀ ਮੈਨੇਜਮੈਂਟ ਮੈਨੂੰ ਨਹੀਂ ਲੱਗਦਾ ਕਿਤੇ ਪੋਸੀਬਲ ਹੈ। ਸਾਰੀ ਇਹ 2.5 ਕਿੱਲੇ ਦੇ ਵਿੱਚ ਆਪਣਾ ਫਾਰਮ ਆ, ਲੇਬਰ ਤੋਂ ਫਰੀ ਕਰਨਾ ਜਿਵੇਂ ਮਰਜ਼ੀ ਕਰੀਏ, ਪਰ ਨੂੰ ਮਗਰ ਰੱਸੀ ਚੱਕ ਕੇ ਫਿਰਨ ਦੀ ਲੋੜ ਨਹੀਂ ਹੈਗੀ, ਇਹਨਾਂ ਨੂੰ ਜਦ ਮਰਜ਼ੀ ਲਾਓ ਕਰ ਲਾ। ਅਸੀਂ ਫਾਰਮਾਂ 'ਤੇ ਬਹੁਤ 50-50 ਫੁੱਟ ਹੀ ਆ, ਮੈਂ 100 ਤੋਂ ਵੱਧ ਦਿੱਤਾ। ਕਾਰਨ ਵੀਰੇ ਇਹਨਾਂ ਨੂੰ ਜਗ੍ਹਾ ਵੀ ਲੀਜ਼ 'ਤੇ ਆ, ਲੀਜ਼ ਤੇ ਜਗ੍ਹਾ ਨੰਬਰ ਦੋ ਤੇ ਇਹਨਾਂ ਨੂੰ ਉਹ ਤੋਂ ਪਹਿਲਾਂ ਕਰਨ ਲੱਗ ਗਿਆ ਸੀਗਾ। ਕੋਈ ਮੇਰਾ ਗੁਰੂ ਉਸਤਾਦ ਨਹੀਂ ਹੈਗਾ, ਅਸੀਂ ਆਪ ਹੀ ਪੰਗੇ ਲੈ ਲੈ ਸਿੱਖ ਗਏ ਹਾਂ। ਨਹੀਂ ਮੈਂ ਘੱਟੋ ਘੱਟ 10 ਸਾਲ ਤੋਂ ਕਰਨ ਦੇ ਆ ਰਿਹਾ, ਮੈਂ ਜਨਵਰੀ ਤੋਂ ਪਹਿਲਾਂ ਕਿਸੇ ਦੀ ਆਈ ਨਹੀਂ ਕਰਦਾ। ਉਰੇ ਆਉਂਦਿਆਂ ਨੇ ਮਿਲਕਿੰਗ ਲਈ ਉੱਪਰ ਸਪ੍ਰਿੰਕਲਰ ਲੱਗੇ ਹੋਏ ਨੇ, ਪਹਿਲਾਂ ਇਹਨਾਂ ਨੂੰ ਕਰਦੇ ਠੰਡੀਆਂ ਉਰੇ 20 ਮਿੰਟ। ਇਹ ਤੁਸੀਂ ਆਪਣੇ ਦਿਮਾਗ ਤੋਂ ਕਿਤੇ ਦੇਖਿਆ ਬਾਹਰ ਕਿਸੇ ਟੂਰ ਤੇ? ਸਾਰਾ ਆਪਣਾ ਬਣਾਇਆ, ਜਿਹੜਾ ਇਹਨੂੰ ਸਹਿਜ ਦਿੱਤਾ ਇਹ ਮੇਰਾ 300 ਫੁੱਟ ਚੌੜਾ। ਹਰੇਕ ਕੰਮ ਦੇ ਵਿੱਚ ਦੋ ਚੀਜ਼ਾਂ ਮੇਨ ਹੁੰਦੀਆਂ ਨੇ, ਹਾਂਜੀ, ਇਨਕਮ ਤੇ ਖਰਚੇ। ਇਹ ਪਾਰਲਰ ਦਾ ਵੀ ਸਾਰਾ ਵੀਰੇ ਆਪਦਾ ਪਲਾਨ ਆ, ਜਿਹੜਾ ਮੂਰੇ ਵਿਜ਼ਿਟਰ ਵਾਸਤੇ ਜਿੰਨੀ ਜਿੰਨੀ ਡਰਾਇੰਗ ਆ, ਇਹ ਤੁਹਾਡਾ ਸਾਰੀ ਵੀਰੇ ਆਪਦੀ ਆ ਸਾਰੀ। ਹੁਣ ਮੈਂ ਕਦੇ ਅੱਜ ਤੱਕ ਕੰਪਨੀ ਦਾ ਫੀਡ ਨਹੀਂ ਪਾ ਹੋਇਆ, ਮੇਰੇ ਤੋਂ ਪਾਇਆ 5-10 ਦਿਨ, ਮੈਨੂੰ ਠੀਕ ਨਹੀਂ ਲੱਗਿਆ। ਮਤਲਬ ਆਪਦੇ ਘਰ ਦੇ ਕਿੱਲੇ ਤੋਂ ਵੀ ਉੱਪਰ ਹੈ? ਉੱਪਰ ਆ ਵੀਰੇ, ਬਿਲਕੁਲ ਉੱਪਰ ਆ ਵੀਰੇ, ਬਚਦੇ ਨੇ ਵੀਰੇ, ਬਚਦੇ ਨੇ। ਜੇ ਆਪਾਂ ਡਿਊਟੀ ਦਿੰਦੇ ਹਾਂ ਵਿੱਚ, ਜੇ ਘਰੇ ਏਸੀ ਲਾ ਕੇ ਸੌਣਾ ਆ, ਇਹਨਾਂ ਨੂੰ ਗਰਮੀ 'ਚ ਨਹੀਂ ਦੇਖਣਾ ਹੈਗਾ, ਫਿਰ ਨਹੀਂ ਇਹਨਾਂ ਨੂੰ ਰੱਖਣ ਦਾ ਫਾਇਦਾ ਹੈਗਾ ਕੋਈ। ਬਾਈ ਜੀ ਇਹ ਰੱਖਣੇ ਸੌਖੇ ਨਹੀਂ ਹੈਗੇ, ਵੀਰ ਹੋਰਾਂ ਦੀ ਮਿਹਨਤ ਬੋਲਦੀ। ਵੀਰੋ ਅੱਜ ਡੈਰੀ ਫਾਰਮ ਦੀ ਦੁਨੀਆ ਦੇ ਵਿੱਚ ਇੱਕ 52-53 ਸਾਲ ਪੁਰਾਣਾ ਡੈਰੀ ਫਾਰਮ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜਿਵੇਂ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਇੱਕ ਗਾਂ ਦੀ, ਜਿਹੜੀ 11 ਲੱਖ ਦੀ ਸੇਲ ਹੋਈ ਸੀ, ਉੱਥੇ ਕਾਫੀ ਸਾਰੇ ਸਕਸੈਸਫੁੱਲ ਡੇਅਰੀ ਫਾਰਮਰਸ ਪਹੁੰਚੇ ਸੀ। ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਧ ਕਮਾਈ ਕਰਨ ਵਾਲੇ, ਜਿਹੜੇ ਉਹਨਾਂ ਦੇ ਵਿੱਚੋਂ ਅੱਜ ਦੇ ਟਾਈਮ 'ਚ ਸਭ ਤੋਂ ਵੱਧ ਅਰਨਿੰਗ ਕਰ ਰਹੇ ਨੇ, ਉਹਨਾਂ ਦਾ ਇੱਕ 5-star ਡੇਅਰੀ ਫਾਰਮ ਤੁਹਾਨੂੰ ਦਿਖਾਉਣ ਜਾ ਰਿਹਾ। ਸਾਰਾ ਫਾਰਮ ਇਹਨਾਂ ਦਾ ਆਟੋਮੈਟਿਕ ਹੈ, ਸਾਰਾ ਕੰਮ ਮਸ਼ੀਨਾਂ 'ਤੇ ਹੁੰਦਾ, ਦੁੱਧ ਤੋਂ ਲੈ ਕੇ ਗੋਹੇ ਤੱਕ ਸਾਰਾ ਕੰਮ ਮਸ਼ੀਨਾਂ ਕਰਦੀਆਂ ਨੇ। ਇੰਨਾ ਕੁ ਜ਼ਿਆਦਾ ਜ਼ਬਰਦਸਤ ਸੋਹਣਾ ਡੇਅਰੀ ਫਾਰਮ ਆ ਨਾ, ਤੁਸੀਂ ਦੇਖ ਕੇ ਰੂਹ ਖੁਸ਼ ਹੋ ਜੂਗੀ। ਤੁਹਾਡਾ ਕੈਨੇਡਾ ਅਮਰੀਕਾ ਦੇ ਡੇਅਰੀ ਫਾਰਮਾਂ ਵਰਗਾ ਮਾਡਲ ਹੈ ਇਹਨਾਂ ਦਾ, ਬਹੁਤ ਸੋਹਣਾ। ਤੁਹਾਨੂੰ ਅੱਗੇ ਹਲੇ ਬਹੁਤ ਜ਼ਿਆਦਾ ਚੀਜ਼ਾਂ ਦਿਖਾਉਣੀਆਂ ਨੇ ਇਹਦੇ ਵਿੱਚ, ਅਤੇ ਮੈਨੂੰ ਲੱਗਦਾ ਜੇ ਆਪਾਂ ਇਕੱਲੀ ਇਕੱਲੀ ਚੀਜ਼ ਦੇ ਬਾਰੇ ਬਰੀਕੀ 'ਚ ਪੁੱਛੇ ਜਾਈਏ ਤਾਂ ਵੀਡੀਓ ਬਹੁਤ ਲੰਬੀ ਚਲੀ ਜਾਣੀ ਆ। ਅਤੇ ਸਭ ਤੋਂ ਵੱਡੀ ਗੱਲ, ਇਹ ਪ੍ਰੋਫਿਟ ਬਹੁਤ ਵਧੀਆ ਕਮਾ ਰਹੇ ਨੇ, ਉਹਦੇ ਬਾਵਜੂਦ ਵੀ ਜਿਵੇਂ ਇਹਨਾਂ ਕੋਲ ਸਭ ਕੁਛ ਮੁੱਲ ਦਾ, ਕਿਉਂਕਿ ਆਪਾਂ ਖੇਤੀ ਦੇ ਵਿੱਚ ਜਿਵੇਂ ਆਮ ਗੱਲ ਕਰਦੇ ਹਾਂ ਕਿ ਜਿਹੜਾ ਜੱਟ ਕੋਲ ਘਰ ਦਾ ਸਮਾਨ ਹੁੰਦਾ ਉਹਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਖਰਚਾ ਕਿੰਨਾ ਕੁ ਹੋ ਗਿਆ, ਸਭ ਕੁਛ ਮੁੱਲ ਦਾ, ਜਗ੍ਹਾ ਵੀ ਲੀਜ਼ 'ਤੇ, ਤਾਂ ਵੀ ਪ੍ਰੋਫਿਟ 'ਚ ਨੇ। ਜਿਹੜੇ ਕੰਮ ਨੂੰ ਕਿਹਾ ਜਾਂਦਾ ਵੀ ਅੱਜ ਕੱਲ੍ਹ ਵੀ ਇਹਦੇ ਵਿੱਚੋਂ ਬਚਦਾ ਨਹੀਂ ਕੁਛ, ਜਿਵੇਂ ਦੁੱਧ ਦੀ ਪ੍ਰੋਡਕਸ਼ਨ ਦੇ ਵਿੱਚ ਇਹ ਮਾਹਿਰ ਨੇ, ਉਹ ਚੀਜ਼ ਬਾਰੇ ਅੱਜ ਸਾਰੀ ਗੱਲਬਾਤ ਕਰਨ ਜਾ ਰਿਹਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਵੀਰ ਜੀ। ਅਤੇ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂਆਤ ਕਰੀਏ, ਹਰੇਕ ਕੰਮ ਦੀ ਕੋਈ ਨਾ ਕੋਈ ਬਿਗਨਿੰਗ ਹੁੰਦੀ ਹੈ, ਕੋਈ ਹਿਸਟਰੀ ਤੋਂ ਚੱਲਿਆ ਆਉਂਦਾ ਹੁੰਦਾ, ਵੀ ਇਹਦੀ ਸਟਾਰਟਿੰਗ ਕਦੋਂ ਹੋਈ? ਆਪਾਂ ਖੁਦ ਸਟਾਰਟ ਕੀਤਾ ਜਾਂ ਪਹਿਲਾਂ ਤੋਂ ਫੈਮਿਲੀ ਦੇ ਵਿੱਚ? ਜਿਹੜੇ ਆਪਣੇ ਫਾਦਰ ਸਾਹਿਬ ਦਾ ਸਟਾਰਟ ਕਰਿਆ ਹੋਇਆ ਜੀ, ਮੈਨੂੰ ਤਾਂ ਮਤਲਬ ਗੁੜਤੀ 'ਚ ਮਿਲਿਆ ਹੋਇਆ ਇਹ, ਗੁੜਤੀ 'ਚ ਮਿਲਿਆ, ਗੁੜਤੀ 'ਚ ਮਿਲਿਆ ਹੋਇਆ ਮੈਨੂੰ ਤਾਂ ਜੀ। ਫਾਦਰ ਸਾਹਿਬ ਨੇ 71 'ਚ ਚਲਾਇਆ ਸੀਗਾ, 81 ਦੇ ਵਿੱਚ ਗਾਵਾਂ ਕੰਨੀ ਪੈ ਕੇ, ਅਤੇ 2003-4 'ਚ ਮੈਂ ਸਾਂਭੀ ਫਿਰਦਾ ਸਾਰਾ। ਮਤਲਬ 50-52 ਸਾਲ ਹੋ ਗਏ, 50-52 ਸਾਲ ਹੋ ਗਏ ਨੇ ਜੀ। ਤਾਂਹੀਓ ਉੱਪਰ ਲੋਗੋ ਵੀ ਲਾਇਆ ਸਿੰਸ 1971 ਜੀ, ਅਤੇ 1971 ਤੋਂ ਕਰ ਰਹੇ ਹੋ। ਪਹਿਲਾਂ ਤਾਂ ਤੁਹਾਨੂੰ ਹੈ ਨਾ ਬਹੁਤ ਚੀਜ਼ਾਂ ਤਾਂ ਆਪਣੇ ਫਾਦਰ ਸਾਹਿਬ ਤੋਂ ਹੀ ਸਿੱਖਣ ਨੂੰ ਮਿਲੀਆਂ। ਬਿਲਕੁਲ ਜੀ, ਬਿਲਕੁਲ, ਉਹਨਾਂ ਦਾ ਤਜਰਬਾ ਹੋ ਗਿਆ। ਹਾਂਜੀ, ਅਤੇ ਬਾਕੀ ਤੁਹਾਡਾ ਫੀਲਡ ਦੇ ਵਿੱਚ ਤਜਰਬਾ ਹੋ ਗਿਆ। ਬਿਲਕੁਲ ਜੀ। ਅਤੇ ਆਪਣੇ ਕੋਲ ਕਿੰਨੇ ਜਾਨਵਰ ਨੇ ਟੋਟਲ? ਬਈ ਹੁਣ ਆਪਣੇ ਕੋਲ 90 ਐਨੀਮਲ ਨੇ, 10 ਕਿਹਦੇ ਵਿੱਚ ਹੀਫਰਾਂ ਨੇ, ਬਾਕੀ ਗਾਵਾਂ ਨੇ, ਅਤੇ 2-3 ਸਾਲ ਤੋਂ ਮੈਂ ਥੋੜ੍ਹੀਆਂ ਜਿਹੀਆਂ ਬੱਛੀਆਂ ਦੇ ਰੁਝਾਨ ਘੱਟਾ ਜੀ, ਬੱਛੀਆਂ ਮੈਂ ਪਾਲਦਾ ਨਹੀਂ, ਇਸ ਵਾਰ ਰੱਖੀਆਂ ਨੇ 10 ਬੱਛੀਆਂ। ਉਹਨਾਂ ਦਾ ਵੀ ਕੋਈ ਪਤਾ ਨਹੀਂ ਮਨ ਕਦੋਂ ਬਦਲ ਸਦਲੀ ਕਰ ਦਈਏ ਜੀ। ਅਤੇ ਬਾਕੀ ਤਾਂ ਮਿਲਕਿੰਗ ਤੇ ਬਾਈ ਗਾਵਾਂ ਵੱਧ ਰੱਖਦੇ ਆ ਜੀ, ਤੇ ਮੈਂ ਮੇਨ ਕੰਮ ਆ ਜਿਹੜਾ ਸਾਡਾ ਮਿਲਕ ਪ੍ਰੋਡਕਸ਼ਨ ਦਾ ਹੀ ਆ, ਬਸ ਮਿਲਕ ਪ੍ਰੋਡਕਸ਼ਨ ਦੀ ਆ। ਤੇ ਮੈਂ ਇੱਕ ਚੀਜ਼ ਨੋਟ ਕੀਤੀ ਸਾਰੇ ਫਾਰਮ ਦੇ ਵਿੱਚ ਗੇੜਾ ਦੇ ਕੇ, ਚਲੋ ਨੰਬਰਿੰਗ ਵਗੈਰਾ ਤਾਂ ਹੁਣ ਨਾਰਮਲ ਗੱਲ ਹੋ ਗਈ, ਸਾਰੇ ਕਰਦੇ ਨੇ। ਹਾਂਜੀ ਹਾਂਜੀ, ਵੀ ਆਪਣੇ ਕੋਈ ਮੱਝ ਨਹੀਂ ਦੇਖੀ ਮੈਂ ਫਾਰਮ? ਨਹੀਂ ਵੀਰੇ, ਮੱਝ ਨਹੀਂ ਆਪਾਂ ਰੱਖੀ ਕਦੇ ਜੀ। ਤੇ ਅਸੀਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਤਾਂ ਬੱਛੀ ਰੱਖ ਕੇ ਵੀ ਘੱਟ ਰਾਜੀ ਹਾਂ, ਮੱਝ ਦਾ ਕੰਮ ਦੂਰ ਆ ਜੀ। ਮਤਲਬ ਸਾਨੂੰ ਇੱਕ ਮੱਝ ਸਾਂਭਣੀ ਔਖੀ ਲੱਗਦੀ ਆ, ਅਸੀਂ 150 ਗਾਂ ਹੋਰ ਸਾਂਭ ਲਾਂਗੇ ਇਹਨਾਂ ਨਾਲ। ਉਹਦਾ ਲੱਗ ਪੈਣ, ਲੱਗ ਚਵਾਈ ਜੀ, ਅਤੇ ਉਹ ਸਾਨੂੰ ਔਖਾ ਜਿਹਾ ਲੱਗਦਾ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਗਾਵਾਂ ਦੀ, ਜਿਵੇਂ ਆਪਣੇ ਕੋਲ ਕਿਹੜੀ ਕਿਹੜੀ ਬਰੀਡ ਹੈ ਵੀਰੇ? ਆਪਣੇ ਕੋਲ ਮੋਸਟਲੀ HFE ਆ, ਇੱਕ ਅੱਧੀ
ਟਾਰਗੇਟ ਵੀ ਐਚਐਫ ਹੀ ਕਰਨੀਆਂ ਨੇ ਜ਼ਿਆਦਾਤਰ ਆਪਣਾ ਕਨਸੈਪਟ ਐਚਐਫ ਤੇ ਰਹਿੰਦਾ ਐਚਐਫ ਤੇ ਆ ਜੀ ਕਿਉਂਕਿ ਇਹਦਾ ਦੁੱਧ ਵਗੈਰਾ ਦਾ ਬਹੁਤ ਜ਼ਿਆਦਾ ਦੁੱਧ ਪ੍ਰੋਡਕਸ਼ਨ ਵਧੀਆ ਵੀਰੇ ਸਾਨੂੰ ਵੈਸੇ ਵਧੀਆ ਹਾਈਟ ਵਾਲੀਆਂ ਨੇ ਜਰਸੀ ਦੀ ਵੈਸੇ ਨਹੀਂ ਅਸੀਂ ਅੱਗੇ ਤੋਂ ਨਹੀਂ ਜਾਣੀ ਪਾਲੀਓ ਨਹੀਂ ਹੈਗੀ ਜਰਸੀ ਕਦੇ ਜੀ ਅਤੇ ਬਾਕੀ ਜੇ ਗੱਲ ਕਰੀਏ ਇਹਨਾਂ ਦੇ ਖਾਣੇ ਦੀ ਹੁਣ ਜਿਵੇਂ ਸਾਇਲੇਜ ਨੇ ਤੁਸੀਂ ਇਕੱਲੇ ਸਾਇਲੇਜ 'ਤੇ ਰੱਖਦੇ ਹੋ ਜਾਂ ਪੱਠੇ ਵੀ ਵੀਰੇ ਬਿਲਕੁਲ ਸਾਇਲੇਜ ਤੋਂ ਰੱਖਦੇ ਹਾਂ ਪੱਠਿਆਂ ਦਾ ਖਿਆਲ ਮੈਂ ਲਗਭਗ 2011 ਦੇ ਵਿੱਚ ਛੱਡਤਾ ਸੀਗਾ ਜੀ ਉਦੋਂ ਤੋਂ ਇਕੱਲਾ ਸਾਇਲੇਜ ਪੂਰਾ ਕਰ ਲੈਂਦੇ ਹਾਂ ਸਾਇਲੇਜ ਸਾਰਾ ਮੁੱਲ ਲੈਂਦੇ ਹਾਂ ਜੀ ਅਤੇ ਤੂੜੀ ਫੀਡ ਬਸ ਨਾਲ ਜੀ ਉਹ ਵੀ ਹੋ ਜਾਂਦਾ ਜਿਵੇਂ ਹੁਣ ਆਪਾਂ ਇੰਨੀ ਕੁਆਂਟਿਟੀ ਦੇ ਵਿੱਚ ਜਾਨਵਰ ਨੇ ਪੱਠਿਆਂ ਦਾ ਤਾਂ ਇਹਨਾਂ ਨੂੰ ਮੇਰੇ ਹਿਸਾਬ 'ਚ ਅਵੇਲੇਬਲ ਨਹੀਂ ਵੀਰੇ ਪੱਠਿਆਂ 'ਤੇ ਇੱਕ ਤਾਂ ਮੈਨ ਪਾਵਰ ਵੱਧ ਚਾਹੀਦੀ ਆ ਨੰਬਰ 2 'ਤੇ ਵੱਢਣ ਨੂੰ ਟਾਈਮ ਗਾਵਾਂ ਨੂੰ ਪਹਿਲਾਂ ਪੱਠੇ ਆਪ ਪਾਲਣਗੇ ਫਿਰ ਇਹਨਾਂ ਨੂੰ ਪਾਲਣਗੇ ਜੀ ਉਹਦੇ ਵਿੱਚ ਇਹਨਾਂ ਦੀ ਇੱਕ ਸਾਰ ਦੀ ਫੀਡ ਨਹੀਂ ਹੁੰਦੀ ਹੁਣ ਸਾਇਲੇਜ ਪੈਂਦਾ 12 ਮਹੀਨੇ 30 ਦਿਨ ਇੱਕ ਸਾਰ ਪਊਗਾ 25-30 ਕਿਲੋ ਸਾਇਲੇਜ ਮਤਲਬ ਸਟੇਬਲ ਖੁਰਾਕ ਸਟੇਬਲ ਖਰਾਬ ਰਹੂਗੀ ਦੇਖੋ ਜੇ ਆਪਾਂ ਇਹਦੇ ਨਾਲ ਹਰਾ ਪਾਵਾਂਗੇ ਤਾਂ ਇਹਨਾਂ ਦਾ ਅਪਸੈਟ ਹੀ ਹੁੰਦਾ ਕੰਮ ਬਿਲਕੁਲ ਰੂਟੀਨ ਵੀ ਟੁੱਟਦੀ ਆ ਰੂਟੀਨ ਜੀ ਜੇ ਮਤਲਬ ਹਰਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਇਲੇਜ ਹਰੇ ਨਾਲੋਂ ਕਿਤੇ ਉੱਤੇ ਆ ਬਿਲਕੁਲ ਉੱਤੇ ਆ ਜੀ ਲੇਬਰ ਕੰਨੀਓ ਇਹਦੇ ਲੇਬਰ ਖਰਚਾ ਘੱਟ ਆਉਂਦਾ ਇੱਕ ਵਾਰ ਪਾਲਿਆ ਹੁਣ ਮੇਰੇ ਕੋਲ 100 ਦੇ ਲਗਭਗ ਐਨੀਮਲਾ ਇੱਕ ਲੇਬਰ ਵਾਲਾ ਜੀ ਅਤੇ ਇਹ ਸਾਇਲੇਜ ਕਰ ਕੀ ਆ ਜੀ ਜੇ ਜਾਣੀ ਕਿ ਮੇਰੇ ਕੋਲ ਹਰੇ ਪੱਠੇ ਵਿੱਚ ਹੁਣ ਮੈਨੂੰ 5-4 ਬੰਦੇ ਚਾਹੀਦੇ ਨੇ ਨਾਲ ਹੁਣ ਮੈਂ ਇੱਕ ਨਾਲ ਸਫੀਸ਼ੈਂਟ ਹਾਂ ਫਿਰ 4 ਨਾਲ ਵੀ ਨਹੀਂ ਹੋਣਾ ਹੈਗਾ ਹੁਣ ਇੰਨੇ ਵੱਡੇ ਫਾਰਮ ਦੇ ਵਿੱਚ ਕਿੰਨੇ ਬੰਦੇ ਨੇ ਲੇਬਰ ਵੀਰੇ ਇੱਕ ਬੰਦਾ ਪੈਣ ਕਮਰਾ ਵੀ ਅੱਡ ਚਾਹੀਦਾ ਦੁੱਧ ਵਾਲਾ ਦਾ ਚਲੋ ਹੁਣ ਗਾਵਾਂ ਦੀ ਰੀਸ ਉਹਨੇ ਕਰਨੀ ਕੀ ਆ ਬਿਲਕੁਲ ਹਾਂ ਇਸੇ ਕਰਕੇ ਨੀ ਧਿਆਨ ਕਰਿਆ ਹੈਗਾ ਗਾਵਾਂ ਦੀ ਰੀਸ ਕੁਆਂਟਿਟੀ ਚ ਨਹੀਂ ਕਰਦੀ ਕੁਆਂਟਿਟੀ ਚ ਨਹੀਂ ਕਰਦੀ ਕੁਆਲਿਟੀ ਚ ਤਾਂ ਕੁਆਲਿਟੀ ਚ ਤਾਂ ਬਾਈ ਚਾਹੇ ਮੂਹਰੇ ਵੀ ਹੋਵੇ ਹਾਂਜੀ ਪਰ ਜੇ ਪੈਸਿਆਂ ਪੱਖੋਂ ਦੇਖੀਏ ਹਾਂ ਉਹਦੀ ਥੋੜੀ ਜਿਹੀ ਨਾ ਮੈਨ ਪਾਵਰ ਉਹਨੂੰ ਵੱਧਦੀ ਚਾਹੀਦੀ ਆ ਵੱਧਦੀ ਚਾਹੀਦੀ ਇੱਕ ਬੰਦੇ ਨਾਲ ਇੰਨਾ ਮੈਨੇਜ ਕਰਨਾ ਕਿਵੇਂ ਹੋ ਜਾਂਦਾ ਵੀਰੇ ਸਾਡੇ ਕੋਲ ਦੇਖੋ ਜਿਹੜੀ ਫੀਡਿੰਗ ਹੈ ਉਹ TMR ਟਰੈਕਟਰ ਨਾਲ ਹੁੰਦੀ ਆ ਜੀ ਸਕਰੈਪਰ ਲੱਗੇ ਹੋਏ ਨੇ ਮਿਲਕਿੰਗ ਉੱਧਰ ਹੁੰਦੀ ਆ ਪਾਰਲਰ 'ਚ ਹੁੰਦੀ ਆ ਬਸ ਹੋਰ ਕੀ ਰਹਿ ਗਿਆ ਸਾਡੇ ਕੋਲ ਇਹ ਤਿੰਨ ਤਾਂ ਮੇਨ ਕੰਮ ਨੇ ਆਪਣੇ ਫਾਰਮ ਦੇ ਜੀ ਅਤੇ ਸਭ ਤੋਂ ਪਹਿਲਾਂ ਸਟਾਰਟ ਹੀ ਮਿਲਕਿੰਗ ਤੋਂ ਕਰ ਲਈ ਮੈਂ ਕਹਿੰਦਾ ਹਾਂਜੀ ਮਿਲਕਿੰਗ ਦਾ ਕਿਵੇਂ ਰਹਿੰਦਾ ਵੀਰੇ ਸਵੇਰੇ 5 ਵਜੇ ਸਟਾਰਟ ਮਿਲਕਿੰਗ ਕਰ ਦਿੰਦੇ ਹਾਂ ਅਸੀਂ ਜੀ ਅੱਧੇ ਪੌਣੇ ਘੰਟੇ 'ਚ ਹੋ ਜਾਂਦੀ ਆ ਉਹ ਤੋਂ ਬਾਅਦ ਫੀਡਿੰਗ ਕਰ ਦਿੰਦੇ ਹਾਂ ਸਕਰੈਪਰ ਆ ਦਿਨ 'ਚ 2 ਵਾਰ ਮਾਰ ਦਈਏ ਉਹਦਾ ਬਟਨ ਹੀ ਦੱਬਣਾ ਸੀ ਹੋਰ ਕੁਛ ਨਹੀਂ ਕਰਨਾ ਹੈਗਾ ਨਹੀਂ ਮਿਲਕਿੰਗ ਦਾ ਤਰੀਕਾ ਕੀ ਰਹਿੰਦਾ ਮਸ਼ੀਨ ਮਿਲਕਿੰਗ ਦਾ ਵੀਰੇ ਆਪਣੀ ਇੱਥੋਂ ਗਾਵਾਂ ਜਾਂਦੀਆਂ ਨੇ ਮਿਲਕ ਪਾਰਲਰ ਦੇ ਵਿੱਚ ਉਹਦੇ 12 ਯੂਨਿਟਾਂ ਚੱਲਦੀਆਂ ਨੇ ਆਪਣੀਆਂ ਨਹੀਂ ਇਕੱਲੀ ਨੂੰ ਲਿਜਾਣੇ ਨਹੀਂ ਵੀਰੇ ਇਕੱਠਾ ਪੈਨ ਜਾਂਦਾ ਹੁਣ ਇੱਧਰਲੇ ਪਾਸੇ ਆਪਣੀਆਂ 60 ਗਾਵਾਂ ਨੇ ਸਾਰੀਆਂ ਇਕੱਠੀਆਂ ਜਾਂਦੀਆਂ ਨੇ ਉੱਥੋਂ ਮਿਲਕਿੰਗ ਹੋ ਕੇ ਫਿਰ ਉਰੀ ਆ ਜਾਂਦੀਆਂ ਖੁੱਲੀਆਂ ਨੇ ਜਾਣਾ ਖੁੱਲੀਆਂ ਦੀ ਮਿਲਕਿੰਗ ਹੋ ਕੇ ਜਿਵੇਂ ਆਮ ਫਾਰਮਾਂ 'ਚ ਆ ਵੀਰੇ ਪਾਰਲਰ ਮਿਲਕਿੰਗ ਪਾਰਲਰ ਕਿਸੇ ਦੇ 12 ਵਾਲਾ ਕਿਸੇ ਦੇ 6 ਵਾਲਾ ਸਾਰਿਆਂ ਦੇ ਲੱਗੇ ਮਿਲਕਿੰਗ ਪਾਰਲਰ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਟਾਇਲ ਵਗੈਰਾ ਤੁਸੀਂ ਲਾਈ ਆ ਆਪਾਂ ਦੇਖ ਸਕਦੇ ਹਾਂ ਸਕਰੀਨ 'ਤੇ ਅਤੇ ਜੇ ਤਾਂ ਆਪਾਂ ਇਹਨੂੰ ਡੇਅਰੀ ਫਾਰਮ ਦੀ ਨਿਗਾਹ ਨਾਲ ਦੇਖੀਏ ਫਿਰ ਤਾਂ ਪਤਾ ਲੱਗ ਜਾਂਦਾ ਜੇ ਆਪਾਂ ਇਹਨੂੰ ਕਿਸੇ ਬਾਹਰ ਹੀ ਆਮ ਨਿਗਾਹ ਨਾਲ ਦੇਖੀਏ ਫਿਰ ਉਂਝ ਤਾਂ ਸਵੀਮਿੰਗ ਪੂਲ ਦੀ ਤਰ੍ਹਾਂ ਬਹੁਤ ਸੋਹਣਾ ਬਣਿਆ ਹੋਇਆ ਜਿਹੜਾ ਇਹ ਡੇਅਰੀ ਫਾਰਮ ਦੇ ਨਾਲ ਰਿਲੇਟਡ ਆ ਨਾ ਜੀ ਉਹਨੂੰ ਤਾਂ ਇਹ ਗੱਲਾਂ ਦੱਸਣ ਦੀ ਲੋੜ ਹੈ ਨਹੀਂ ਉਹਨੂੰ ਤਾਂ ਲੋੜ ਹੈ ਹਾਂ ਉਹਨੂੰ ਤਾਂ ਇਹ ਵੀ ਪਤਾ ਵੀ ਇਹ ਗਿੱਲਾ ਹੋਇਆ ਵਿਆ ਕਹਿਤੋਂ ਹੋਇਆ ਵਿਆ ਇਹ ਪਾਣੀ ਚੱਲ ਰਿਹਾ ਕਿਉਂ ਚੱਲ ਰਿਹਾ ਮਿਲਕਿੰਗ ਵਾਲਾ ਵੀ ਉਹਨੂੰ ਪਹਿਲਾਂ ਪਤਾ ਬਿਲਕੁਲ ਨਾ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਹਾਂ ਜਿਹਨਾਂ ਨੂੰ ਨਹੀਂ ਇਹਨਾਂ ਬਾਰੇ ਨੌਲੇਜ ਹੈਗੀ ਉਹਨਾਂ ਨੂੰ ਆਪਾਂ ਨੂੰ ਸਾਰਾ ਕੁਝ ਦੱਸਣਾ ਪੈਣਾ ਉਹਨਾਂ ਨੂੰ ਸਾਰਾ ਕੁਝ ਦੱਸਣਾ ਪੈਣਾ ਅਤੇ ਆਪਾਂ ਥੋੜ੍ਹਾ ਨਸਲ ਬਾਰੇ ਗੱਲ ਕਰ ਰਹੇ ਸੀ ਹਾਂਜੀ ਅਤੇ ਜੇ ਜਿਵੇਂ ਆਪਾਂ ਇਕੱਲੀ ਦੀ ਗੱਲ ਕਰੀਏ ਜਿਵੇਂ ਉਹ ਬੱਸੀ ਆ ਜਿਹੜੀ ਉਹਦੀ ਅਲੱਗ ਹੀ ਖੂਬਸੂਰਤੀ ਲੱਗ ਰਹੀ ਆ ਬਸ ਵੀਰੇ ਖੂਬਸੂਰਤੀ ਦਾ ਸੀਮਨ ਦਾ ਫਰਕ ਆ ਥੋੜ੍ਹਾ ਜਿਹਾ ਜੀ ਹਾਂ ਇਹਦਾ ਸੀਮਨ ਦਾ ਫਰਕ ਆ ਅਤੇ ਬਾਕੀ ਤਾਂ ਕਿਸੇ ਦਾ ਡੱਬੇ ਆ ਘੱਟ ਜਾਂ ਵੱਧ ਬਸ ਜੀ ਅਤੇ ਇੱਕ ਇਹਨਾਂ ਦਾ ਜਿਹੜਾ ਗੋਹੇ ਦਾ ਪ੍ਰਬੰਧ ਹੈ ਸਭ ਤੋਂ ਵੱਡੀਆਂ ਦਿੱਕਤਾਂ ਦੋ ਮਤਲਬ ਮੇਰੇ ਹਿਸਾਬ 'ਚ ਜਿੱਥੋਂ ਤੱਕ ਸਾਨੂੰ ਲੱਗਦਾ ਵੀ ਕੰਮ ਹੀ ਦੋ ਵੱਡੇ ਨੇ ਗੋਹੇ ਦਾ ਜੀ ਅਤੇ ਪੱਠਿਆਂ ਦਾ ਪੱਠਿਆਂ ਦਾ ਤੇ ਇੱਕ ਤੀਜਾ ਚਵਾਈ ਦਾ ਜੀ ਬਾਈ ਹੁਣ ਸਾਡੇ ਵਾਸਤੇ ਤਾਂ ਦੇਖ ਕੁਛ ਵੀ ਨਹੀਂ ਹੈਗੇ ਇਹ ਅਸੀਂ ਤਾਂ ਆਪਦਾ ਸਿਸਟਮ ਬਣਾਈ ਫਿਰਦੇ ਹਾਂ ਪਹਿਲਾਂ ਬਣੀ ਪ੍ਰਵਾਹ ਕਰਦੇ ਸੀਗੇ ਜਦੋਂ ਟੋਕਾ ਕਰਦੇ ਸੀਗੇ ਬਿਲਕੁਲ ਜਾਣੀ ਥੋੜ੍ਹਾ ਜਿਹਾ ਸਮੇਂ ਦੇ ਵਾਈਜ਼ ਚੱਲਣਾ ਪਊਗਾ ਜਿਵੇਂ ਅੱਜ ਤੱਕ ਹੁਣ ਅਪਡੇਟ ਹੋਣਾ ਨਾਲ ਆਪਣੇ ਟਾਈਮ ਦੇ ਹਿਸਾਬ ਨਾਲ ਤਾਂ ਹੋਣਾ ਪਊਗਾ ਟਾਈਮ ਦੇ ਹਿਸਾਬ ਨਾਲ ਜਿਵੇਂ ਹੁਣ ਅਤੇ ਕਿੱਦਾਂ ਦਾ ਪ੍ਰਬੰਧ ਰਹਿੰਦਾ ਜਿਵੇਂ ਆਹ ਵੀ ਮੈਨੂੰ ਮਸ਼ੀਨੀ ਲੱਗ ਰਿਹਾ ਕੰਮ ਇਹਦੇ ਬਾਰੇ ਪਰ ਸਾਨੂੰ ਬਹੁਤੀ ਨੌਲੇਜ ਨਹੀਂ ਹੈਗੀ ਥੋੜ੍ਹਾ ਜਿਹਾ ਦੱਸੋਗੇ ਵੀਰੇ ਇਹ ਆਪਣੇ ਸਕਰੈਪਰ ਲੱਗੇ ਹੋਏ ਨੇ ਜੀ ਆਟੋ ਸਕਰੈਪਰ ਆ ਆਪਾਂ ਨੇ ਇੱਕ ਬਸ ਬਿਜਲੀ 'ਤੇ ਚੱਲਦਾ ਇਹ
ਆਪਾਂ ਨੇ ਬਟਨ ਦੱਬ ਦੇਣਾ ਇਹਦਾ ਤੇ ਸਾਫ ਹੋ ਜਾਣਾ। ਇਹ ਦਿਨ 'ਚ ਦੋ ਵਾਰ ਕਰ ਦਿੰਦੇ ਹਾਂ, ਦਿਨ 'ਚ ਦੋ ਵਾਰ ਕਰ। ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਵੀ ਜਿਵੇਂ ਇਹਨੂੰ ਖਾਲੀ ਕਰਨਾ ਪੈਂਦਾ ਸਾਰੇ ਪਲੇਟਫਾਰਮ ਨੂੰ ਪਹਿਲਾਂ। ਹਾਂਜੀ ਬਿਲਕੁਲ ਬਿਲਕੁਲ। ਗਾਵਾਂ ਬਾਹਰ ਚਲੀਆਂ ਗਈਆਂ, ਬਾਹਰ ਚੱਲਦੀਆਂ ਨੇ, ਜੇ ਬਾਹਰ ਬੈਠੀਆਂ ਰੈਸਟ ਕਰਦੀਆਂ ਨੇ ਫਿਰ ਵੀ ਚਲਾ ਦਿੰਦੇ ਆਪਾਂ ਇਹਨੂੰ, ਕੋਈ ਗੱਲ ਨਹੀਂ ਫਿਰ ਵੀ ਚਲਾ ਦਿੰਦੇ। ਤੇ ਉਹਨੇ ਇੱਕ ਫੱਟੇ ਜੇ ਨੇ ਆਉਣਾ? ਹਾਂਜੀ ਵੀਰੇ, ਸਭ ਕੁਝ ਹੁੰਝ ਕੇ ਇੱਕਦਮ ਹੀ ਲੈ ਜਾਣਾ, ਸਾਰਾ ਕੁਝ ਲੈ ਜਾਣਾ ਵੀਰੇ ਜੀ। ਤੇ ਅੱਗੇ ਤੁਹਾਨੂੰ ਦਿਖਾਉਣੇ ਆ ਵੀ ਇਸ ਤੋਂ ਬਾਅਦ ਜਾਂਦਾ ਕਿੱਥੇ ਆ। ਹਾਂਜੀ। ਤੇ ਇੱਕ ਚੀਜ਼ ਮੈਂ ਤੁਹਾਡੇ ਫਾਰਮ ਦੇ ਵਿੱਚ ਜਿਹੜੀ ਵੱਖਰੀ ਹੈ ਉਹ ਹੋਰ ਨੋਟ ਕਰੀ ਆ। ਹਾਂਜੀ। ਹਰੇਕ ਫਾਰਮ ਦੇ ਵਿੱਚ ਗਾਵਾਂ ਦੇਖਣ ਨੂੰ ਮਿਲਦੀਆਂ ਨੇ, ਥੋੜੀਆਂ ਬਹੁਤੀਆਂ ਮੱਝਾਂ ਹੁੰਦੀਆਂ ਨੇ। ਹਾਂਜੀ ਹਾਂਜੀ। ਤੁਸੀਂ ਬੁੱਲ ਵੀ ਰੱਖੇ ਹੋਏ ਨੇ? ਹਾਂ ਵੀਰੇ, ਬੁੱਲ ਦੇਖੋ ਇਹ ਵੀ ਘਰਦਾ ਰੱਖਿਆ ਹੋਇਆ ਵੀ ਵਰਲਡ ਵਾਈਡ ਦਾ ਆ, ਇਹ ਸੇਲ ਕਰ ਦਾਂਗਾ, ਇੱਕ ਛੋਟਾ ਵੀ ਹੈਗਾ। ਇਹ ਵੀਰੇ ਰੱਖਣਾ ਪੈਂਦਾ ਆ ਵਿੱਚ, ਇਹ ਰੀਪ੍ਰੋਡਕਸ਼ਨ ਲਈ? ਰੀਪ੍ਰੋਡਕਸ਼ਨ ਲਈ ਦੇਖੋ, ਵੈਸੇ ਤਾਂ ਅਸੀਂ ਸੈਮੀਨੇਸ਼ਨ ਕਰਦੇ ਹਾਂ ਜੀ ਇੰਪੋਰਟਡ ਸੀਮਨ ਨਾਲ, ਜਿਹੜੀਆਂ ਵੀਰੇ ਰਿਪੀਟ ਬਰੀਡਿੰਗ 'ਚ ਆ ਜਾਂਦੀਆਂ ਨੇ, ਜਿਵੇਂ ਵੱਧ ਮਿਲਕਿੰਗ ਵਾਲੀਆਂ ਗਾਵਾਂ ਆ ਗਈਆਂ ਉਹ ਕਨਸੀਵ ਨਹੀਂ ਕਰਦੀਆਂ, ਤਾਂ ਫਿਰ ਅਸੀਂ ਨੈਚੁਰਲ ਸਰਵਿਸ ਦੇ ਦਿੰਦੇ ਹਾਂ ਉਹਨਾਂ ਨੂੰ ਜੀ। ਅਸੀਂ ਇਹ ਕਹਿੰਦਾ ਵੀ ਉਹਦਾ ਸਾਲ ਖਰਾਬ ਨਾ ਹੋਵੇ, ਵੀ ਬੁੱਲ ਤੋਂ ਗੱਭਣ ਹੋ ਕੇ ਸੂਪੇ ਬਸ। ਆਹ ਫੁਹਾਰੇ ਇਹ ਤਾਂ ਹੁਣ ਆਮ ਹੀ ਹੋ ਗਏ ਨਾ ਸਾਰੇ ਫਾਰਮਾਂ ਦੇ, ਪਰ ਜਿਹੜੀਆਂ ਵੱਡੀਆਂ ਗੱਲਾਂ ਨੇ ਜਿਵੇਂ ਇੱਕ ਤਾਂ ਤੁਹਾਡਾ ਗੋਹੇ ਦਾ ਪ੍ਰਬੰਧ ਬਹੁਤ ਸੋਹਣਾ। ਹਾਂਜੀ ਹਾਂਜੀ। ਤੇ ਮਿਲਕਿੰਗ ਦਾ? ਮਿਲਕਿੰਗ ਦਾ ਜੀ। ਤੇ ਪੱਠਿਆਂ ਦਾ ਵੀ ਜਿਵੇਂ ਤੁਸੀਂ ਕਿਹਾ ਵੀ ਇੱਕ ਬੰਦਾ ਸਾਰਿਆਂ ਦਾ, ਇੱਕ ਬੰਦਾ ਸਾਰਿਆਂ ਦਾ, ਇੱਕ ਬੰਦੇ ਨਾਲ ਇੰਨੀ ਸੋਹਣੀ ਮੈਨੇਜਮੈਂਟ ਮੈਨੂੰ ਨਹੀਂ ਲੱਗਦਾ ਕਿਤੇ ਪੋਸੀਬਲ ਹੈ। ਹਾਂ ਵੈਸੇ ਇੱਥੇ ਵੀ ਇੱਕ ਹੈਰਾਨੀ ਵਾਲੀ ਗੱਲ ਹੈ ਨਾ, ਇਹ ਆਪਾਂ ਨੇ ਸੈਟਅਪ ਦੇਖੋ, ਇਹ ਜਗ੍ਹਾ ਸਾਰੀ ਇਹ 2.5 ਕਿੱਲੇ ਦੇ ਵਿੱਚ ਆਪਣਾ ਫਾਰਮ ਆ ਜੀ। ਮੈਂ ਇਹਨੂੰ ਮੈਨੇਜਮੈਂਟ 'ਤੇ ਪਹਿਲਾਂ ਇਹ ਸੋਚ ਕੇ ਕਰਿਆ ਵੀ ਯਾਰ ਲੇਬਰ ਵਾਲਾ ਕੰਮ ਕਰੀ ਕਰਨਾ ਵਿੱਚ, ਲੇਬਰ ਤੋਂ ਫਰੀ ਕਰਨਾ ਜਿਵੇਂ ਮਰਜ਼ੀ ਕਰੀਏ, ਹੈਡਲੌਕ ਵੀ ਲਾਤੇ ਹਾਂ, ਇਹਨਾਂ ਗੰਨਿਓ ਵੀ ਸਰਦਾ ਸੀਗਾ, ਇਹ ਵੀ ਲਾਤੇ ਆਪਾਂ ਨੇ। ਇਹਨਾਂ ਦਾ ਮੇਨ ਕੰਮ, ਮੇਨ ਕੰਮ ਵੀਰੇ ਹੁਣ ਜੇ ਕੋਈ ਗਾਂ ਫੜਨੀ ਹੈ, 100 ਗਾਂ ਬੰਨਣੀ, ਇਹਦੀ ਕਿੱਲੀ ਘੁਮਾ ਦਿਓ, 100 ਗਾਂ ਲੌਕ ਹੋ ਜਾਣੀਆਂ। ਇਹ ਇਹ ਲੇਬਰ ਕੰਨਿਓ ਆਪਾਂ ਨੇ ਕੰਮ ਘਟਾ ਲਿਆ ਬਸ, ਕੰਮ ਘਟਾ। ਮੈਂ ਤੁਹਾਨੂੰ ਚੱਕ ਕੇ ਬੰਨਣ ਦੀ ਲੋੜ ਨਹੀਂ ਹੈਗੀ, ਬੰਨਣ ਦੀ ਇਹ ਜਿਵੇਂ ਹੁਣ ਇੱਕ ਵਾਰੀ ਪੱਠਿਆਂ ਦੇ ਲਾਲਚ 'ਚ ਦਾਣਾ ਵਗੈਰਾ ਪਾਤਾ ਇੱਧਰ ਆ ਜਾਣਗੀਆਂ। ਹਾਂਜੀ। ਇਸ ਤੋਂ ਬਾਅਦ ਇੱਕ ਬਟਨ ਦੱਬਿਆ ਇਹ ਸਿਰ ਕੱਢ ਨਹੀਂ ਸਕਦੀਆਂ ਚੋਂ ਬਸ ਵੀਰੇ, ਜੇ ਆਪਾਂ ਨੇ ਹੈਡਲੌਕ ਲੱਗ ਗਿਆ, ਟ੍ਰੀਟਮੈਂਟ ਦੇਣਾ, ਕੋਈ ਡਿਵਰਮਿੰਗ ਕਰਨੀ ਆ, ਕੋਈ ਕੁਝ ਵੀ ਕਰਨਾ, ਆਪਾਂ ਨੇ ਕੁਝ ਵੀ ਕਰਨਾ, ਕਿੱਲੀ ਘੁਮਾ ਦੋ ਨਾਲ ਲੌਕ ਹੋ ਜਾਣਾ ਬਸ। ਵਾਹ। ਇਹ ਆਪਾਂ ਨੂੰ ਲੇਬਰ ਦੇ, ਇਹਨਾਂ ਨੂੰ ਮੇਰਾ ਮਤਲਬ ਲੇਬਰ ਨੂੰ ਮਗਰ ਰੱਸੀ ਚੱਕ ਕੇ ਫਿਰਨ ਦੀ ਲੋੜ ਨਹੀਂ ਹੈਗੀ, ਇਹਨਾਂ ਨੂੰ ਜਦ ਮਰਜ਼ੀ ਲੌਕ ਕਰ ਲਾ ਵੀਰੇ, ਹੁਣ ਚੱਲ ਰਹੀ ਸਾਰੇ ਫਾਰਮਾਂ ਤੇ ਹੀ ਆ ਜੀ। ਤੇ ਇੱਕ ਆਹ ਪਾਣੀ ਦੀ ਵੀ ਸੁਵਿਧਾ ਆਪਣੀ ਆਟੋਮੈਟਿਕ ਹੈ? ਹਾਂ ਵੀਰੇ, ਇਹ ਆਟੋਮੈਟਿਕ ਆ ਸਾਰਾ ਬਾਈ ਜੀ। ਇਹ ਟੈਂਕੀ ਤੋਂ ਆਪਾਂ ਤਾਂ ਟੈਂਕੀ ਭਰ ਦਿੰਦੇ ਹਾਂ ਸਵੇਰੇ 2 ਵਾਰ, ਟੈਂਕੀ ਤੋਂ ਹੀ ਚੱਲਦਾ ਕੰਮ। ਤੇ ਇੱਕ ਚੀਜ਼ ਹੋਰ ਹੈ, ਖੁੱਲ੍ਹਾ ਬਹੁਤ ਹੈ ਨਾ ਫਾਰਮ? ਹਾਂ ਵੀਰੇ, ਖੁੱਲ੍ਹਾ। ਇਹ ਰੱਸਾ ਕਦੇ ਪਾਈ ਨਹੀਂ ਕਿਸੇ ਦੇ? ਹਾਂ ਵੀਰੇ, ਇਹ ਜਿਹੜੀਆਂ ਸਾਡੇ ਕੋਲ ਗਾਂ ਆ ਉਹ ਜਿੰਨੇ ਦਿਨ ਹੀਟ 'ਚ ਰਹਿਣੀਆਂ ਜੀ ਉਹਨੇ ਦਿਨ ਬੰਨਦੇ ਹੁੰਦੇ ਸੀ, ਜਦੋਂ ਹੋ ਰਿਹਾ ਆ ਫਾਰਮ 'ਚ ਇਹਨਾਂ ਨੂੰ ਆਪਾਂ ਅਲੱਗ ਕਰਤਾ, ਇੱਕ ਜਿਹੜੀ ਹੀਟ 'ਚ ਗਾਂ ਉਹਨੂੰ ਅਲੱਗ ਕਰ ਦਿੰਦੇ ਆ ਬਸ, ਰੱਸੇ ਪਾਉਣ ਵਾਲਾ ਕੰਮ ਤਾਂ ਹੈ ਨਹੀਂ ਬਾਈ ਜਮਾਂ। ਮਤਲਬ ਵੀ ਜਿੱਦਾਂ ਦਾ ਇਨਵਾਇਰਮੈਂਟ ਉਹਦਾ ਮਾਈਂਡ 'ਚ ਆਉਂਦਾ, ਹਾਂਜੀ ਉਹ ਜਿਹਾ ਆਪਾਂ ਨੇ ਦਿੱਤਾ ਉਹਨੂੰ, ਉਹ ਜਿਹਾ ਆਪਾਂ ਨੇ ਦਿੱਤਾ, ਉਹ ਆਪਣੇ ਆਪ ਹੀ ਚਲੀ ਜਾਊ ਜਿੱਥੇ ਉਹਨੂੰ ਲੋੜ ਹੈ। ਗੱਲ ਸੁਣੋ, ਕੱਚੇ 'ਚ ਛਾਂ ਦੇਤੀ ਜੀ, ਚਾਹੇ ਗਾਰੇ 'ਚ ਬੈਠੀਆਂ ਰਹਿਣ ਵੀਰੇ, ਇਹਨਾਂ ਦੀ ਮਰਜ਼ੀ ਆ, ਮਰਜ਼ੀ ਅਸੀਂ ਇਹਨਾਂ ਨੂੰ ਆਪਸ਼ਨ ਸਾਰੀ ਦਿੱਤੀ ਆ, ਚਾਹੇ ਪੱਕੇ 'ਚ ਆ ਜਾਣ, ਚਾਹੇ ਪੱਕੇ 'ਚ ਆ ਜਾਣ ਜੀ। ਬਾਹਰੇ ਰਾਤ ਨੂੰ ਬਾਹਰ ਬਹਿੰਦੀਆਂ ਨੇ, 100 ਫੁੱਟ ਬਾਹਰ ਏਰੀਆ ਦਿੱਤਾ ਹੋਇਆ ਵੀਰੇ, 100 ਫੁੱਟ ਵੈਸੇ ਫਾਰਮਾਂ 'ਤੇ ਬਹੁਤ, 50-50 ਫੁੱਟ ਹੀ ਆ, ਮੈਂ 100 ਤੋਂ ਵੱਧ ਦਿੱਤਾ। ਕਾਰਨ? ਕਾਰਨ ਵੀਰੇ, ਇਹਨਾਂ ਨੂੰ ਲਵੇ ਜਗ੍ਹਾ ਵੀ ਲੀਜ਼ 'ਤੇ ਆ, ਲੀਜ਼ 'ਤੇ ਜਗ੍ਹਾ, ਨੰਬਰ 2 ਤੇ ਇਹਨਾਂ ਨੂੰ ਰੈਸਟਿੰਗ ਏਰੀਆ ਵੱਧਦਾ ਜੀ, ਰੈਸਟ ਵਾਸਤੇ ਸਾਡਾ ਕੰਮ ਘਟਦਾ, ਬਾੜੇ ਗਿੱਲੇ ਨਹੀਂ ਹੁੰਦੇ ਹੈਗੇ ਬਾਈ, ਜੇ ਅਸੀਂ ਜਗ੍ਹਾ ਘੱਟ ਦੇਈਏ ਸਾਤੋਂ ਸੁੱਕਣੇ ਨਹੀਂ ਹੈਗੇ, ਜਿਹੜੀ ਸਾਰਿਆਂ ਦੀ ਪ੍ਰੋਬਲਮ ਆ, ਮੇਨ ਫਾਰਮਾਂ ਦੀ ਪ੍ਰੋਬਲਮ ਇਹ ਆ, ਗਿੱਲਾ ਹੋਊਗਾ, ਗਿੱਲਾ ਨਹੀਂ ਹੁੰਦਾ ਬਸ, ਗਿੱਲ ਨਹੀਂ ਜਾਂਦੀ। ਹਾਂ, ਗਿੱਲ ਤਾਂ ਜਾਂਦੀ ਉਹਨੇ, ਗਾਰਾ ਐਂ ਕਈ ਕਈ ਫਾਰਮਾਂ 'ਚ ਤਾਂ ਕੱਦੂ ਹੀ ਬਣਿਆ ਰਹਿੰਦਾ। ਬਿਲਕੁਲ ਬਿਲਕੁਲ, ਆਹ ਦੇਖ ਲਾ ਵੀਰੇ, ਮੇਰੇ ਮਾੜਾ ਮੋਟਾ 19 ਹੈਗਾ ਆ, ਹਾਂ ਇਦੋਂ ਵੱਧ ਨਹੀਂ ਹੁੰਦਾ ਬਸ, ਇਦੋਂ ਵੱਧ ਨਹੀਂ, ਚਲੋ ਇੰਨਾ ਕੁ ਤਾਂ ਨੋਰਮਲ ਹੈ। ਤੇ ਬਾਕੀ ਬਰੀਡ ਦੇ ਸਾਰੇ ਐਨੀਮਲ ਆ ਗਏ। ਹਾਂਜੀ। ਤੇ ਕੋਈ ਵੀ ਕੰਮ ਆਪਾਂ ਕਰਦੇ ਹਾਂ, ਜਿਵੇਂ ਹੁਣ ਤੁਸੀਂ ਟੀਕੇ ਵਾਲੀ ਗੱਲ ਕੀਤੀ ਸੀ, ਉਹ ਤਾਂ ਮੈਨੂੰ ਇੱਕ ਚੀਜ਼ ਹੋਰ ਯਾਦ ਆਈ ਜਿਹੜੀ ਸ਼ਾਇਦ ਮਿਸ ਹੋ ਜਾਂਦੀ ਵੀਡੀਓ ਦੇ ਵਿੱਚ। ਹਾਂਜੀ। ਮੈਡੀਸਿਨ, ਮੈਡੀਕਲ ਸੁਵਿਧਾ ਵੀ ਇੱਕ ਬਹੁਤ ਵੱਡੀ ਚੀਜ਼ ਹੈ ਵੀਰੇ। ਮੈਂ ਜਿਹੜੀ ਇਹਨਾਂ ਦੇ ਟੀਕਾ ਭਰਦੇ ਹੁੰਦੇ ਹਾਂ, AI ਕਹਿੰਦੇ ਹਾਂ ਆਪਾਂ, ਹਾਂ ਉਹ ਮੈਂ 2003 ਤੋਂ ਕਰਦਾ। ਉਹ ਤੁਸੀਂ ਆਪ ਕਰ? ਮੈਂ +2 ਤੋਂ ਪਹਿਲਾਂ ਕਰਨ ਲੱਗਾ ਸੀਗਾ ਜੀ, ਕੋਈ ਮੇਰਾ ਗੁਰੂ ਉਸਤਾਦ ਨਹੀਂ ਹੈਗਾ, ਅਸੀਂ ਆਪ ਹੀ ਪੰਗੇ ਲੈ ਸਿੱਖ ਗਏ ਹਾਂ। ਨਹੀਂ ਕਿਤੇ ਕੋਈ ਕੋਰਸ ਵਗੈਰਾ? ਕੋਈ ਕੋਰਸ ਨਹੀਂ ਕਰਿਆ ਵੀਰੇ, ਸਰਟੀਫਿਕੇਟ ਹੈਗੇ ਆ ਬਥੇਰੇ ਆ, ਪਰ ਅਸੀਂ ਉੱਥੋਂ ਸਿੱਖ ਕੇ ਤਾਂ ਆਏ ਨਹੀਂ ਹੈਗੇ। ਪੂਰਾ ਸਿਖਾ ਕੇ ਆਏ, ਜਿਹੜੇ ਨਾਲ ਦੇ ਕਲਾਸਮੇਟ ਹੁੰਦੇ ਸੀ ਉਹਨਾਂ ਨੂੰ ਸਿਖਾ ਕੇ ਆਏ। ਮਤਲਬ ਕਹਿਣ ਦਾ ਭਾਵ ਵੀ ਜਿੰਨਾ ਤੁਹਾਡਾ ਪ੍ਰੈਕਟੀਕਲ ਤਜਰਬਾ ਹੀ ਆ? ਪ੍ਰੈਕਟੀਕਲ ਤਜਰਬਾ ਵੀਰੇ, ਮੈਨੂੰ ਨਹੀਂ ਪਤਾ ਮੈਂ ਕਿੰਨੀਆਂ ਕੁ ਗਾਵਾਂ ਦੇ ਹੱਥ ਪਾ ਕੇ ਕਿੰਨੀਆਂ ਇਹਨਾਂ ਦੇ ਸਲਾਈਆਂ ਘਸਾਤੀਆਂ ਹੋਣੀਆਂ, ਕੁਛ ਨਹੀਂ ਪਤਾ ਹੈਗਾ ਜੀ। ਹੁਣ ਸਮਝ ਲੈ ਤੂੰ 21 ਸਾਲ ਬਣਦੇ ਆ, 20-21 ਸਾਲ ਬਣਦੇ ਆ, ਮੈਂ ਜਿੱਦਾਂ AI ਕਰਦਾ ਹੋਣਾ ਇਹਨਾਂ ਦੀ ਟ੍ਰੀਟਮੈਂਟ ਬਾਈ, ਆਪ ਸਾਰਾ ਆਲ ਓਵਰ ਆਪਦਾ ਜੀ, ਆਪਣੇ ਡਾਕਟਰ ਕੋਈ ਨਹੀਂ ਐਂਟਰ ਹੋਇਆ,
ਠੀਕ ਹੈ ਠੰਡੀਆਂ ਹੋ ਰਹੀਆਂ ਨੇ ਗਾਵਾਂ ਫੀਡ ਕਰਨ ਲੱਗ ਗਈਆਂ ਦੇਖੋ ਸਾਰੀਆਂ ਖਾ ਰਹੀਆਂ ਨੇ ਜੀ ਉੱਪਰ ਪਾਣੀ ਪੈ ਰਿਹਾ ਇਹਨਾਂ ਦਾ ਬਸ ਤੇ ਇੱਕ ਆਪਾਂ ਹੁਣ ਥੋੜਾ ਜਿਹਾ ਬਿਜ਼ਨਸ ਵੱਲ ਨੂੰ ਆਈਏ ਹਾਂਜੀ ਵੀਰ ਜੀ ਜਿਵੇਂ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਗੋਹੇ ਵਾਲਾ ਮਾਡਲ ਹੈ ਜਿਹੜਾ ਉਹ ਕੰਪਲੀਟ ਕਰ ਦਈਏ ਥੋੜਾ ਜਿਹਾ ਠੀਕ ਹੈ ਜੀ ਤੇ ਜਿਵੇਂ ਉਧਰੋਂ ਵੀ ਫੱਟਾ ਵੱਜਿਆ ਹਾਂਜੀ ਵੀਰੇ ਉਧਰੋਂ ਵੀ ਸਕ੍ਰੈਪਰ ਆਇਆ ਇਧਰੋਂ ਵੀ ਆਇਆ ਦੇਖੋ ਹਾਂਜੀ ਇੱਥੋਂ ਨਾਲੇ ਦੇ ਵਿੱਚੋਂ ਹੋ ਕੇ ਉਹ ਆਪਣਾ ਪਿੱਟ ਬਣਾਇਆ ਹੋਇਆ ਪੱਕਾ ਉਧਰੋਂ ਸਕ੍ਰੈਪਰ ਹੈ ਉਧਰੋਂ ਵੀ ਨਾਲੇ ਦੇ ਵਿੱਚ ਆ ਗਿਆ ਆ ਵੀ ਨਾਲੇ ਦੇ ਵਿੱਚ ਆ ਗਿਆ ਕਹਿਣ ਦਾ ਭਾਵ ਜੱਟ ਸੌਦੇ ਦੇ ਵਿੱਚ ਆਪਾਂ ਜੇ ਦੱਸੀਏ ਇੱਕ ਪੱਕਾ ਖਾਲ ਜਿਹਾ ਬਣ ਗਿਆ ਇੱਕ ਪੱਕਾ ਖਾਲ ਬਣਾਤਾ ਵੀਰੇ ਪੱਕਾ ਖਾਲ ਬਣ ਗਿਆ ਹਾਂ ਇਹਦੀ ਰੋਡ ਰੱਖਤੀ ਫੁੱਟ ਦੀ ਜੀ ਤੇ ਫੁੱਟ ਦੀ ਰੋਡ ਰੱਖ ਕੇ ਇਹਨਾਂ ਨੇ ਆਪੇ ਪਿੱਟ ਦੇ ਵਿੱਚ ਵਗ ਜਾਣਾ ਦੋਨੇ ਪਾਸਿਓਂ ਆ ਗਿਆ ਇਹਦੇ ਵਿੱਚ ਇਸ ਤੋਂ ਬਾਅਦ ਆਉਣ ਤੋਂ ਬਾਅਦ ਤੇ ਇੱਕ ਬਾਈ ਜੀ ਆ ਮੋਟਰਾਂ ਆਈਆਂ ਕਾਹਦੇ ਵਾਸਤੇ ਲਾਈਆਂ ਨੇ ਡਰਮ ਜੀ ਮੋਟਰ ਲੱਗੀ ਹੋਈ ਆ ਨਾਲ ਗੇਅਰ ਬਕਸਾ ਇਹਦੇ ਇਹ ਪੁਸ਼ ਅਪ ਕਰਦਾ ਆ ਆ ਚੈਨਲ ਜਿਹੜਾ ਚੱਲਦਾ ਇਸ ਸਕ੍ਰੈਪਰ ਨੂੰ ਅੱਗੇ ਲੈ ਕੇ ਆਉਂਦਾ ਇਹਦੇ ਨਾਲ ਹੀ ਆਟੋਮੈਟਿਕ ਪਿੱਛੇ ਵਗ ਜਾਂਦਾ ਜੀ ਮਤਲਬ ਜਿਹੜਾ ਉਹ ਸਿਸਟਮ ਚੱਲਦਾ ਉਹ ਫੱਟਾ ਜਾਂ ਆਉਂਦਾ ਇਸੇ ਨਾਲ ਹੀ ਆਉਂਦਾ ਇਸੇ ਨਾਲ ਹੀ ਆਉਂਦਾ ਜੀ ਜੀ ਇਸੇ ਨਾਲ ਹੀ ਆਉਂਦਾ ਵੀਰੇ ਇਹ ਆਪਦਾ ਉਰੇ ਸਿੱਟ ਕੇ ਗੋਹਾ ਇਹ ਵਾਪਸ ਵਗ ਜਾਂਦਾ ਵਾਪਸ ਵਗ ਜਾਂਦਾ ਵਾਪਸ ਵਗ ਜਾਂਦਾ ਜੀ ਜੀ ਤੇ ਇਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਫਲੋ ਬਣਨਾ ਉਹ ਆਟੋਮੈਟਿਕ ਹੀ ਉਹ ਆਟੋਮੈਟਿਕ ਆ ਵੀਰੇ ਅਸੀਂ ਰੋੜੇ ਵੱਧ ਦੇਤੀ ਇਹਨੂੰ ਠੀਕ ਹੈ ਢਾਲ ਹੀ ਇੰਨੀ ਜ਼ਿਆਦਾ ਕਰਦੇ ਆ ਦੇਤੀ ਹੁਣ ਆ ਪਿੱਟਾ ਸਾਡਾ ਇਹ 6 ਮਹੀਨੇ ਦਾ ਮਾਲ ਪੈ ਗਿਆ ਇਹ 6-7 ਫੁੱਟ ਮਾਲ ਆ ਇਹਦੇ ਵਿੱਚ 6-7 ਫੁੱਟ ਮਾਲ ਜਮਾਗਾ ਇਹ 14 ਫੁੱਟ ਡੂੰਘਾ ਆ ਵੀਰੇ ਜੀ ਇਹ ਲਗਭਗ ਅੱਧੇ ਦੇ ਲਵੇ ਲੱਗ ਗਿਆ 6 ਮਹੀਨੇ ਦੇ ਵਿੱਚ ਮੇਰਾ ਖਿਆਲ ਸਾਨੂੰ ਕੱਢਣ ਦੀ ਲੋੜ ਨਹੀਂ ਪੈਣੀ ਇਹ 6 ਮਹੀਨੇ ਦਾ ਹੋਰ ਮਾਲ ਆ ਜਾਊਗਾ ਇਹ ਤਾਂ ਬਾਕੀ ਹੋਰ ਹੈ ਨਾ ਉੱਪਰ ਤਾਂ ਮੈਂ ਦੇਖ ਸਕਦਾ ਇਦਾਂ ਸੂਏ ਵਾਂਗੂ ਵੀਰੇ ਉੱਪਰੋਂ ਤਾਂ ਵੱਧ ਪੈਣਾ ਜੀ ਵੱਧ ਪੈਣਾ ਮਤਲਬ ਇਹਦਾ ਸਾਈਜ਼ ਵੱਡਾ ਹੋ ਜਾਣਾ 6 ਮਹੀਨੇ ਤੁਹਾਡੇ ਕੱਢ ਦਿੰਦਾ ਹਾਂਜੀ ਇਸ ਤੋਂ ਬਾਅਦ ਇਹਨੂੰ ਆਪਾਂ ਖੇਤ ਚ ਵੀਰੇ ਜਾਂ ਸੇਲ ਵੈਕਮ ਟੈਂਕ ਨਾਲ ਇਹਨੂੰ ਸੇਲ ਕਰ ਦਾਂਗੇ ਵੈਸੇ ਅਸੀਂ ਤਾਂ ਖੇਤੀ ਕਰਦੇ ਨਹੀਂ ਜਮਾਈ ਜੀ ਖੇਤੀ ਕਰਦੇ ਨਹੀਂ ਕਰਦੇ ਖੇਤੀ ਬਿਲਕੁਲ ਵੀ ਮਤਲਬ ਕੰਮ ਹੀ ਜਿਹੜਾ 100% ਟੋਟਲ ਡੈਰੀ ਤੇ ਡਿਪੈਂਡ ਹੈ ਕੱਲੇ ਫਾਰਮ ਤੇ ਆ ਜੀ ਫਾਰਮ ਤੇ ਆ ਜੀ ਤੇ ਇੱਕ ਜਿਹੜਾ ਇਹ ਰਸਤਾ ਬਣਾਇਆ ਗਿਆ ਹਾਂਜੀ ਇਹ ਸਪੈਸ਼ਲ ਗੇੜਾ ਫੇੜਾ ਦੇਣ ਖਾਤੇ ਇਹ ਵੀਰੇ ਗਾਵਾਂ ਦੇ ਲਈ ਆ ਜਿਹੜਾ ਦੂਸਰੀ ਸਾਈਡ ਵਾਲਾ ਪੈਣ ਨੇ ਜਿਹੜੇ ਦੂਸਰੀ ਸਾਈਡ ਵਾਲੇ ਗਰੁੱਪ ਨੇ ਗਾਵਾਂ ਦੇ ਉਹ ਇਹ ਰਸਤੇ ਦੇ ਵਿੱਚ ਮਿਲ ਕੇ ਉਹਨਾਂ ਨੂੰ ਜਾਂਦੇ ਨੇ ਜੀ ਮਤਲਬ ਇਹਦੇ ਵਿੱਚ ਹੀ ਆ ਜਾਂਦੇ ਨੇ ਚਲੋ ਆਪਾਂ ਵੀ ਹੁਣ ਉਧਰ ਹੀ ਚੱਲਦੇ ਹਾਂ ਹਾਂਜੀ ਚਲੋ ਤੇ ਬਾਕੀ ਜੇ ਗੱਲ ਕਰੀਏ ਆਪਾਂ ਬਿਜ਼ਨਸ ਟਾਈਪ ਦੀ ਹੁਣ ਥੋੜੀ ਜਿਹੀ ਗੱਲ ਕਰੀਏ ਹਾਂਜੀ ਵੀ ਮਿਲਕ ਦੀ ਹਾਈਐਸਟ ਕਪੈਸਿਟੀ ਵਾਲੀ ਕਿੰਨੀ ਗਾਂ ਤੁਹਾਡੇ ਕੋਲ ਵੀਰੇ ਆਪਣੇ ਕੋਲੇ 60 ਕੁ ਲੀਟਰ ਤੱਕ ਹੈਗੀ ਆ ਗਾਂ ਆਪਾਂ ਕਦੇ ਕੰਪੀਟੀਸ਼ਨ ਨਹੀਂ ਲਏ ਗਏ ਕਿਉਂ ਟਾਈਮ ਨਹੀਂ ਹੈਗਾ ਇੱਕ ਗਾਂ ਲਿਆ ਕੇ ਮਗਰ ਸਾਂਭਣ ਵਾਲਾ ਨਹੀਂ ਹੈਗਾ ਕੋਈ ਮਤਲਬ 60 ਕੁ ਲੀਟਰ ਤੇ ਆ ਬਾਕੀ ਵੀਰੇ ਕੰਪੀਟੀਸ਼ਨ ਦਾ ਥੋੜਾ ਜਿਹਾ ਬੜਾ ਲੈਵਲ ਹੋਣ ਲੱਗ ਗਿਆ ਤੇ ਮਿਨੀਮਮ ਕਿੱਥੇ ਤੱਕ ਮਿਨੀਮਮ ਤਾਂ ਵੀਰੇ 25 ਵਾਲਾ ਅੱਜ ਕੱਲ ਤਾਂ ਸਾਰੀਆਂ 20 ਵਾਲੀਆਂ ਹੋਈਆਂ ਪਈਆਂ ਨੇ ਮੌਸਮ ਦੇ ਅਕੋਰਡਿੰਗ ਜਿਹੜਾ ਸੀਜ਼ਨ ਤੇ ਹੁੰਦੀ ਆ ਉਹ 30 ਲੀਟਰ ਵਾਲੀਆਂ ਹੁੰਦੀਆਂ ਉਹ ਮੱਝ ਵਾਲਾ ਕੰਮ ਨਹੀਂ ਹੁੰਦਾ ਜਿਵੇਂ ਸਾਡੇ ਤਾਂ ਘਰਾਂ 'ਚ 2-2-3-3 ਲੀਟਰ ਤੇ ਨਹੀਂ ਵੀਰੇ ਨਹੀਂ ਓਕੇ ਨਾ ਉਹ ਕੰਮ ਨਹੀਂ ਹੈਗਾ ਜਿਹੜੀਆਂ ਗਾਵਾਂ ਗੱਭਣ ਹੋਣੋਂ ਵੀ ਰਹਿ ਗਈਆਂ ਉਹ ਵੀ 20-20 ਕਿਲੋ ਤੇ ਨੇ ਅੱਜ ਉਹ ਵੀ ਆਹ ਗਰਮੀ ਦੇ ਮੌਸਮ ਦੇ ਵਿੱਚ 20 ਲੀਟਰ ਪਰ ਡੇ ਹਾਂ 20 ਲੀਟਰ ਪਰ ਡੇ ਮੈਕਸੀਮਮ 60 ਲੀਟਰ ਪਰ ਡੇ 60 ਲੀਟਰ ਹੀ ਤੇ ਆਪਣੇ 60 ਲੀਟਰ ਤੱਕ ਚੋਇਆ ਵੀਰੇ ਆਪਾਂ ਨੇ ਕਿਸੇ ਨੂੰ ਲੱਗ ਨਹੀਂ ਖੜਾ ਕੇ ਜ਼ੋਰ ਲਵਾਇਆ ਕਿਸੇ ਦਾ ਫਿਰ ਉਹ ਪਲੱਸ ਵਗ ਜਾਂਦੀ ਆ 90 ਗਾਵਾਂ ਦੀ ਟੋਟਲ ਪ੍ਰੋਡਕਸ਼ਨ ਕਿੰਨੀ ਕੁ ਹੋ ਜਾਂਦੀ ਹੈ ਐਸਟੀਮੇਟ ਜਿਆਦਾ ਵੀਰੇ ਵੈਸੇ ਤਾਂ 90 ਦੇ ਵਿੱਚੋਂ ਕੁਝ ਦੇਖ ਬੱਚੀਆਂ ਨੇ ਕੁਝ ਡਰਾਈ ਹੋ ਜਾਂਦੀਆਂ ਨੇ ਹਾਂਜੀ ਮੇਰੇ ਕੋਲ ਸਾਰੀਆਂ ਤਾਂ ਮਿਲਕਿੰਗ ਵਾਲੀਆਂ ਹੁੰਦੀਆਂ ਨੇ ਜਿਹੜਾ ਮੇਰਾ ਹੁਣ ਲਾਸਟ ਸਾਲ ਲੰਘ ਕੇ ਗਿਆ ਨਾ ਜੀ ਉਹਦੇ ਵਿੱਚ 1600 ਲੀਟਰ ਤੱਕ ਦਾ ਰਿਕਾਰਡ ਹੈਗਾ ਮੇਰੀਆਂ ਮਿਲਕਿੰਗ ਤੇ ਮੇਰੀਆਂ ਸੀਗੀਆਂ ਸਾਰੀਆਂ 62 ਗਾਵਾਂ ਨਹੀਂ 1600 ਲੀਟਰ ਪਰ ਡੇ ਦਾ ਜੀ ਪਰ ਡੇ ਵੱਡੇ ਵੀਰ ਬਹੁਤ ਜ਼ਿਆਦਾ ਹੋ ਜਾਂਦਾ ਵੀਰੇ 60-62 ਗਾਵਾਂ ਦਾ ਨਾ ਹਾਂਜੀ ਤੇ ਸਮਝ ਲੈ ਤੂੰ 1600 ਲੀਟਰ ਤੋਂ ਪਲੱਸ ਹੀ ਰਿਹਾ 1600 ਲੀਟਰ ਤੋਂ ਪਲੱਸ ਮਤਲਬ ਇੱਕ ਚੀਜ਼ ਹੋਰ ਦੱਸੋ ਥੋੜੀ ਜੀ ਹਾਂਜੀ ਹਾਂਜੀ ਇਹ ਉਸ ਤੇ ਵੀ ਜ਼ਿਆਦਾ ਨਿਰਭਰ ਆ ਗਈ ਰੁੱਤ ਤੇ ਤਾਂ ਹੈਗੀ ਆ ਵੀਰੇ ਵੀ ਜਿਹੜਾ ਅਕਤੂਬਰ ਦੇ ਵਿੱਚ ਸੂਆ ਅਸੀਂ ਵੀਰੇ ਅਕਤੂਬਰ ਦੇ ਵਿੱਚ ਹੀ ਲੈਨੇ ਆ 11ਵੇਂ ਮਹੀਨੇ 'ਚ ਹੁੰਦਾ ਬਲ ਕੇ ਸਾਡਾ 11ਵੇਂ ਮਹੀਨੇ ਤੋਂ ਪਹਿਲਾਂ ਅਸੀਂ ਸਵਾਉਂਦੇ ਹੈ ਨਹੀਂ ਗਾਵਾਂ ਮੇਨ ਬਿਲਕੁਲ ਮੈਨੂੰ ਆਹ ਕੰਮ ਕਰਨਾ ਜਦੋਂ ਸੀਮਨ ਭਰਨਾ ਹਾਂਜੀ ਉਦੋਂ ਗਾਈ ਹੀਟ 'ਚ ਆ ਗਈ ਸਭ ਤੋਂ ਪਹਿਲਾਂ ਆਪਾਂ ਦੇਖਣਾ ਗਾ ਵੀ ਇਹਨੇ ਕਿਹੜੀ ਰੁੱਤ ਸੂਣਾ ਆਪਾਂ ਨੇ ਵੀਰੇ ਕੀ ਕਰਨਾ ਮੈਂ ਘੱਟੋ ਘੱਟ 10 ਸਾਲ ਤੋਂ ਕਰਨ ਦੇ ਆ ਰਿਹਾ ਮੈਂ ਜਨਵਰੀ ਤੋਂ ਪਹਿਲਾਂ ਕਿਸੇ ਦੀ ਆਈ ਨਹੀਂ ਕਰਦਾ ਅੱਛਾ ਜਨਵਰੀ ਤੋਂ ਪਹਿਲਾਂ ਜਿਹੜੀਆਂ ਗਾਵਾਂ ਹੀਟ 'ਚ ਆਉਂਦੀਆਂ ਨੇ ਰਹੀ ਜਾਂਦੀਆਂ ਨੇ ਮੈਂ ਜਨਵਰੀ ਤੋਂ ਛੇੜਨ ਲੱਗਦਾ ਇਹਨਾਂ ਨੂੰ ਟੀਕੇ ਭਰਨ ਲੱਗਦਾ ਇਹਨਾਂ ਦਾ ਫਿਰ ਉਹ ਆਉਂਦੀਆਂ ਨੇ ਜਾ ਕੇ 9ਵੇਂ ਮਹੀਨੇ ਤੋਂ ਬਾਅਦ 10ਵੇਂ ਦੇ ਵਿੱਚ ਠੀਕ ਆ 9ਵੇਂ 'ਚ ਆ ਜਾਣਾ ਕੁਛ 10ਵੇਂ 'ਚ ਆ ਜਾਣਾ ਅਕਤੂਬਰ 'ਚ ਜਾਣੀ ਅਕਤੂਬਰ 'ਚ ਠੰਡ ਹੋ ਜਾਂਦੀ ਹੋ ਜਾਂਦੀ ਆ ਜੀ ਫਿਰ ਉਹ ਪੂਰਾ ਅਪ੍ਰੈਲ ਤੱਕ ਦੁੱਧ ਬਿਲਕੁਲ ਬਿਲਕੁਲ ਅਪ੍ਰੈਲ ਕੀ ਭਾਈ ਹੁਣ ਤੱਕ ਚੱਲੀ ਜਾਂਦੀਆਂ ਨੇ ਹੁਣ ਸਾਨੂੰ ਡਰਾਈ ਕਰਨੀਆਂ ਪੈਣੀ ਉਹ ਨਹੀਂ ਗੱਲ ਸੁਣੋ ਜਿਹੜਾ ਮੇਨ ਜਿਹੜਾ ਮੇਨ ਸਵਾਲ ਆ ਮੰਨ ਲਓ ਮਾਰਚ ਅਪ੍ਰੈਲ 'ਚ ਜਾ ਕੇ ਗਰਮੀ ਵੱਧ ਜਾਂਦੀ ਆ ਹਾਂਜੀ ਮੈਂ ਗੱਲ ਕਰੀ ਸਿਰਫ ਠੰਡ ਦੀ ਹਾਂਜੀ ਉਹ ਤਾਂ ਸਗੋਂ ਤੁਹਾਡੀ ਮਿਹਨਤ ਆ ਗਈ 8-9 ਮਹੀਨਿਆਂ 'ਚ ਸੂੰਦੀ ਆ 7 ਮਹੀਨੇ ਨੇ ਦੁੱਧ ਦੇਣਾ ਹੀ ਦੇਣਾ ਹੈ ਨਾ 7 ਮਹੀਨੇ ਤੁਸੀਂ ਲੈਂਦੇ ਹੋ ਫਿਰ ਮੇਰਾ ਖਿਆਲ
ਟਿਊਬਾਂ ਟਾਬਾਂ ਭਰ ਕੇ ਤੁਸੀਂ ਕਿਤੇ ਇਹਨੂੰ ਦੁੱਧ ਛੱਡਦੇ ਹੋ ਹਨਾ, ਖੁਰਾਕ ਬੰਦ ਕਰਕੇ, ਉਹ ਵੱਖਰਾ ਮੈਟਰ ਆ। ਜਿਹੜਾ ਠੰਡ ਦਾ ਜਾਣੀ ਉਨੀ ਖੁਰਾਕ ਨਾਲ ਕਹਿੰ ਦੱਸ ਰਹੇ ਨੇ ਵੀ 5 ਤੋਂ 10 ਲੀਟਰ ਦੁੱਧ ਵੱਧ ਜਾਂਦੀ ਹੈ, ਵੱਧ ਜਾਂਦਾ ਵੀਰੇ ਠੰਡ ਦੇ ਵਿੱਚ। ਦੇਖੋ ਇਹਨੇ ਖੁਰਾਕ ਵੀ ਵੱਧ ਖਾਣੀ ਆ, ਦੁੱਧ ਵੀ ਵੱਧ ਦੇਣਾ। ਅੱਜ ਕੱਲ੍ਹ ਇਹਨਾਂ ਤੋਂ ਵੱਧ ਖੁਰਾਕ ਖਾਧੀ ਨਹੀਂ ਆਉਂਦੀ ਅਤੇ ਦੁੱਧ ਵੀ ਵੀਰੇ ਘੱਟ ਹੀ ਆ। ਫਿਰ ਮੌਸਮ ਦੇ ਵਿੱਚ, ਮੌਸਮ 'ਤੇ ਡਿਪੈਂਡ ਆ ਬਾਈ ਕੰਮ ਸਾਰਾ ਹੀ। ਇੱਕ ਗੱਲ ਹੋਰ ਦੱਸੋ ਬਈ, ਜਿਵੇਂ ਆਮ ਪਸ਼ੂ ਰੱਖਦੇ ਨੇ ਜਿਹੜੇ ਲੋਕ ਹਨਾ, ਹਾਂਜੀ, ਉਹ ਜ਼ਿਆਦੇ ਮਤਲਬ ਕਿ ਗੱਭਣ ਰਹਿਣ ਦੇ ਉਹਨਾਂ ਦੇ ਚਾਂਸ ਬਹੁਤ ਘੱਟ ਹੁੰਦੇ ਨੇ, ਲੋਕਾਂ ਨੂੰ ਛੱਡਣੀਆਂ ਪੈਂਦੀਆਂ ਨੇ, ਖਾਸ ਕਰਕੇ ਤੁਹਾਡੇ ਫਾਰਮ ਵਾਲੇ ਲੋਕ ਬਦਨਾਮ ਨੇ ਵੀ ਉਹਨਾਂ ਨੇ ਛੱਡਤੀ। ਹਾਂਜੀ ਹਾਂਜੀ ਬਿਲਕੁਲ ਜੀ, ਇਹਦੇ ਬਾਰੇ ਜ਼ਰੂਰ ਤੁਸੀਂ ਇੱਕ ਵੀਰੇ ਦੇਖੋ, ਸਾਡੇ ਕੋਲ ਵੀ ਹੋ ਜਾਂਦੀਆਂ ਨੇ ਇਹ ਸਾਰੇ ਫਾਰਮ ਨੇ, ਮੇਰੇ ਕੋਲੋਂ 90 ਦੇ ਵਿੱਚ 8 ਜਾਂ 10 ਗਾਵਾਂ ਇਸ ਟਾਈਮ ਰਿਪੀਟਰ ਹੈਗੀਆਂ ਨੇ। ਅੱਛਾ, ਬਸ ਜੇ 10 ਗਾਵਾਂ ਹੈਗੀਆਂ ਨੇ ਤਾਂ ਠੀਕ ਆ, ਜੇ ਵੱਧ ਇਹਦੀ ਰਿਸ਼ ਹੋ ਜਾਂਦੀ ਆ ਫਿਰ ਪੰਗਾ, ਫਿਰ ਆਪਣੀ ਮੈਨੇਜਮੈਂਟ 'ਤੇ ਫਰਕ ਪੈਂਦਾ ਆ। ਬਹੁਤ ਲੋਕਾਂ ਦੇ ਇਹ ਕੰਮ ਹੋ ਜਾਂਦਾ ਵੀ ਸਾਲੀਆਂ 50% ਖਾਲੀ ਹੋ ਜਾਂਦੀਆਂ ਨੇ, ਉਹ ਹੋ ਜਾਂਦਾ ਕੰਮ ਔਖਾ। ਫਿਰ ਉਹ ਇੱਥੇ ਤੱਕ ਸਥਿਤੀ ਵਗ ਜਾਂਦੀ ਹੈ ਕਿ ਵੀਰੇ ਛੱਡਣ ਵਾਲੀ, ਅਸੀਂ ਨਹੀਂ ਛੱਡਣ ਵਾਲੀ ਨਹੀਂ, ਅਸੀਂ ਤਾਂ ਨਹੀਂ ਜਾਣ ਦਿੱਤੀ। ਠੀਕ ਆ, ਅਸੀਂ ਨਹੀਂ ਜਾਣ ਦਿੱਤੀ ਕਦੇ, ਅਸੀਂ ਜਿਹੜੀਆਂ ਨਹੀਂ ਗੱਭਣ ਹੋਈਆਂ ਜੇ ਤਾਂ ਦੁੱਧ ਆ ਵੀਰੇ ਚੱਲੀ ਜਾਂਦਾ ਨਾਲ ਹੀ, ਜੇ ਨਹੀਂ ਹੈਗਾ ਸਮਝ ਲਾ ਉਹਨੂੰ ਵੀ ਨਾਲ ਹੀ ਛੱਡ ਦਿੰਦੇ ਹਾਂ। ਉਹਨਾਂ ਦੇ ਉਹ ਕਿੱਟ ਲਾ ਦਿੰਦੇ ਹੁੰਦੇ ਦੁੱਧ ਚਲਾਉਣ ਵਾਲੀ, ਅਸੀਂ ਦੁੱਧ ਚਲਾ ਲੈਂਦੇ ਉਹਨਾਂ ਨੂੰ। ਅੱਛਾ, ਦੁੱਧ ਚੱਲ ਪਏ? ਹਾਂ, ਚੱਲ ਪੈਂਦੇ ਨੇ ਦੁੱਧ ਵੀਰੇ, ਸਭ ਨੂੰ ਪਤਾ। ਦੇਖੋ ਵੀਡੀਓ ਦੇਖ ਕੇ ਕੋਈ ਕੀ ਕਹੂ, ਕੋਈ ਕੀ ਕਹੂਗਾ, ਉਹ ਲੱਗਦੀ ਆ ਉਹਦੇ ਨਾਲ ਦੁੱਧ ਗਾਂ ਚੱਲ ਪੈਂਦੀ ਆ 20-25 ਕਿਲੋ। ਉਹ ਤਕਰੀਬਨ ਘਰੇਲੂ ਲੋਕ ਵੀ ਚਲਾਉਣ ਲੱਗ ਗਏ, ਚਲਾਉਣ ਲੱਗ ਗਏ, ਚਲਾਉਣ ਸਾਰੇ ਚਲਾਉਣ ਚਲਾਉਣ ਲੱਗ ਗਏ ਜੀ। ਅਤੇ ਬਾਈ ਜੀ, ਜਿਹੜਾ ਤੁਹਾਡਾ ਹੁਣ ਆਹ ਸਿਸਟਮ ਆ ਇੱਥੇ, ਹਾਂਜੀ, ਜਦੋਂ ਤੁਹਾਡੀਆਂ ਗਊਆਂ ਇੱਥੇ ਆ ਜਾਂਦੀਆਂ ਨੇ, ਜਿਹੜੇ ਰਸਤੇ ਆਪਾਂ ਆਏ ਹਾਂ ਉਹ ਪਰਲਾ ਪਾਸਾ ਘੁੰਮ ਕੇ ਆ ਜਾਂਦਾ, ਹਾਂਜੀ ਹਾਂਜੀ, ਜਿਹੜਾ ਉਰਲੇ ਪਾਸੇ ਵਾਲਾ ਉਹ ਇੱਥੋਂ ਮੇਰਾ ਖਿਆਲ ਕਰੋਸ ਇੱਥੋਂ ਪੜਦੀਆਂ ਨੇ ਉਹ ਬਾਈ? ਹਾਂਜੀ ਵੀਰੇ, ਇੱਥੋਂ ਐਂਟਰੀ ਹੁੰਦੀ ਆ, ਇੱਥੋਂ ਐਂਟਰੀ ਹੁੰਦੀ ਆ, ਹਾਂਜੀ, ਹੈ ਨਾ। ਇਹ ਦੇਖੋ ਪਹਿਲਾਂ ਉਰੇ ਆਉਂਦੀਆਂ ਨੇ ਮਿਲਕਿੰਗ ਲਈ, ਉੱਪਰ ਸਪ੍ਰਿੰਕਲਰ ਲੱਗੇ ਹੋਏ ਨੇ, ਪਹਿਲਾਂ ਇਹਨਾਂ ਨੂੰ ਕਰਦੇ ਠੰਡੀਆਂ ਉਰੇ 20 ਮਿੰਟ। ਅੱਛਾ, ਹਾਂ, ਫਿਰ 5-4 ਮਿੰਟ ਸਫਾਈ ਸਫੂਈ ਹੋ ਜਾਂਦੀ ਆ, ਸਫਾਈ ਹੋ ਜਾਂਦੀ ਆ ਵੀਰੇ, ਹੌਂਕਣੋਂ ਹਟ ਜਾਂਦੀਆਂ ਨੇ, ਫਿਰ ਉਰੇ ਮਿਲਕਿੰਗ ਕਰਕੇ ਫਿਰ ਇੱਕ ਮਤਲਬ ਕਿ ਐਂ ਦੱਸੋ ਵੀ ਇਹ ਕਹਿੰਦੇ ਆਪਣੇ ਆਪ ਹੀ ਆਪਦੇ ਉਸ 'ਤੇ ਵਗ ਜਾਂਦੇ? ਬਿਲਕੁਲ ਵੀਰੇ, ਆਪਾਂ ਤਾਂ ਗੇਟ ਖੋਲ੍ਹਣਾ, ਇਹਨਾਂ ਨੇ ਉੱਧਰੋਂ ਆ ਕੇ ਫਾਰਮ ਦੇ ਵਿੱਚੋਂ ਸਿੱਧਾ ਪਾਰਲਰ ਦੇ ਵਿੱਚ ਚੜ੍ਹਨਾ। ਇੱਥੇ ਤਾਂ ਜੇ ਖੜਾਉਣੀ ਆ ਤਾਂ ਖੜੂਗੀ, ਨਹੀਂ ਆਪਦਾ ਲੱਗੀ ਜਾਣਾ ਇਹਨਾਂ ਨੇ ਲੈਣ 'ਚ। ਬਿਲਕੁਲ ਹੀ ਵਧਾਈ ਦਾ ਪਾਤਰਾ, ਬਹੁਤ ਸੋਹਣਾ ਕੰਮ, ਮਤਲਬ ਕਿ ਇਸ ਲੋਟ ਕੰਮ ਚਲਾਉਣਾ ਹਰੇਕ ਦੇ ਤਾਂ ਬੱਸ ਦੀ ਕਹਾਣੀ ਨਹੀਂ ਹੁੰਦੀ, ਹੈ ਨਾ। ਬਿਲਕੁਲ, ਮੈਨੇਜਮੈਂਟ ਤੁਸੀਂ ਬੜਾ ਸੋਹਣਾ ਕਰਿਆ, ਤੁਹਾਡਾ ਸਿਸਟਮ, ਉਹ ਵੀ ਉੱਥੇ ਜਿੱਥੇ ਹਰ ਇੱਕ ਚੀਜ਼ ਮੁੱਲ ਦੀ। ਬਿਲਕੁਲ ਜੀ, ਸਾਰਾ ਕੁਛ ਮੁੱਲ ਆ ਵੀਰੇ, ਜਿੱਥੇ ਜ਼ਮੀਨ ਵੀ ਠੇਕੇ 'ਤੇ ਲੈ ਕੇ ਆਪਾਂ ਨੇ ਇੱਕ ਸੈੱਡ ਪਾਇਆ ਹੋਇਆ, ਚਲੋ ਉਹ ਵੱਖਰਾ ਸੀ, ਉਹ ਮੈਟਰ ਨਹੀਂ ਰੱਖਦੇ ਵੀ ਤੁਸੀਂ ਕਿਵੇਂ ਕਰਿਆ ਨਾ ਕਰਿਆ, ਹੈ ਨਾ। ਦੇਖੋ ਪੈਸੇ ਤਾਂ ਦੇਣੇ ਪੈ ਰਹੇ ਨੇ ਨਾ ਜੇ ਲੀਜ਼ 'ਤੇ ਲੈਣ ਦੀ, ਸਾਨੂੰ ਇਹ ਵਜ੍ਹਾ, ਅਸੀਂ ਕਹਿੰਦੇ ਸੀਗੇ ਵੀ ਸਾਨੂੰ ਘਰ ਦੇ ਲਵੇ 2 ਕਿੱਲੇ ਮਿਲ ਜਾਣ, ਅਸੀਂ ਬੈ ਲੈਣ ਦੇ ਚੌਚ ਵੀ ਸੀਗੇ ਪਹਿਲਾਂ, ਉਹ ਮਿਲੇ ਨਹੀਂ, ਉਹ ਉਰੋਂ ਮਿਲੇ ਨਹੀਂ ਹੈਗੇ ਦੂਰ। ਇਹਦੇ ਕਰਕੇ ਜੇ ਗੱਲ ਸੁਣੋ, ਜੇ ਦੂਰ ਵਗ ਜਾਂਦੇ ਉਹਦਾ ਫਿਰ ਫਾਇਦਾ ਨਹੀਂ ਹੈਗਾ, ਇਹਦਾ ਫਾਇਦਾ ਨਹੀਂ। ਉਹਦੇ ਕਰਕੇ ਅਸੀਂ ਉਰੇ ਲੀਜ਼ 'ਤੇ ਘਰ ਦੇ ਲਵੇ ਲੈ ਕੇ ਨਾ, ਉਰੇ ਜਿੰਨਾ ਕੁ ਸਾਨੂੰ ਮੈਪ ਦਿਮਾਗ ਦੇ ਵਿੱਚ ਫਿੱਟ ਸੀਗਾ, ਅਸੀਂ ਉਹਦੇ ਅਕੋਰਡਿੰਗ। ਬਾਈ ਜੀ, ਬਸ ਆਪਾਂ ਵੀਡੀਓ ਦੇ ਲਾਸਟ ਵੱਲ ਨੂੰ ਚੱਲਦੇ ਹਾਂ ਜੀ। ਇਹ ਤੁਸੀਂ ਆਪਣੇ ਦਿਮਾਗ ਤੋਂ ਕਿਤੇ ਦੇਖਿਆ ਬਾਹਰ ਕਿਸੇ ਟੂਰ 'ਤੇ? ਸਾਰਾ ਆਪਣਾ ਬਣਾਇਆ, ਜਿਹੜਾ ਇਹਨੂੰ ਸਾਈਜ਼ ਦਿੱਤਾ, ਇਹ ਮੇਰਾ 300 ਫੁੱਟ ਚੌੜਾ ਪਲਾਟ ਆ, ਇਹ 300 ਫੁੱਟੀ ਸ਼ੈੱਡ ਚੌੜਾ, 100 ਵਿੱਚੋਂ 100 ਬਾਹਰ। ਠੀਕ ਆ, ਇਹ ਪਾਰਲਰ ਦਾ ਵੀ ਸਾਰਾ ਵੀਰੇ ਆਪਦਾ ਪਲੈਨ ਆ, ਜਿਹੜਾ ਮੂਹਰੇ ਵਿਜ਼ਿਟਰ ਵਾਸਤੇ ਜਿੰਨੀ ਡਰਾਇੰਗ ਆ, ਇਹ ਤੁਹਾਡਾ ਸਾਰੀ ਵੀਰੇ ਆਪਦੀ ਆ ਸਾਰੀ। ਕਿਤੇ ਕਿਤੋਂ ਫੋਰਨ ਤੋਂ ਕਾਪੀ ਨਹੀਂ ਕੀਤਾ ਵੀ, ਸਾਰਾ ਤੁਹਾਡਾ ਆਪਣੀ ਇਨੋਵੇਸ਼ਨ ਹੈ? ਹਾਂਜੀ ਵੀਰ ਜੀ, ਇਹ ਡਿਜ਼ਾਈਨ ਸਾਰਾ ਸ਼ੈੱਡ ਦਾ ਵੀ ਆਪਦਾ ਵੀਰੇ ਜੀ, ਜਗ੍ਹਾ ਦਾ ਵੀ ਆਪਦਾ ਆ, ਪਾਰਲਰ ਦਾ ਹੋ ਗਿਆ, ਸਾਈਲੇਜ ਪਿੱਟਾ ਦਾ ਹੋ ਗਿਆ, ਅਤੇ ਇਹ ਵੀ ਆਪਦਾ ਆ, ਅਤੇ ਨਾਲ ਵੀਰੇ ਸਾਈਲੇਜ ਲੈਣ ਕਰਕੇ ਅਸੀਂ ਕੰਡਾ ਲਾਤਾ ਸੀ ਆਪ ਹੀ। ਕੰਡਾ, ਉਹ ਕੰਡਾ ਲਾਉਣ ਦਾ ਕਾਰਨ ਕੀ ਰਿਹਾ? ਕੰਡਾ ਲਾਉਣ ਦਾ ਵੀਰੇ ਇਹ ਆ, ਜਿਹਦੇ ਤੋਂ ਮੱਕੀ ਲੈਂਦੇ ਆਪਾਂ ਨਾ, ਉਹਨੂੰ ਸਾਡੇ ਕੋਲ ਰੇਂਜ 'ਚ ਕੋਈ ਕੰਡਾ ਹੀ ਨਹੀਂ ਹੈ, ਪਹਿਲਾਂ ਖੇਤ ਵਾਲੇ ਨੂੰ ਮੱਕੀ ਵੱਢ ਕੇ ਕੰਡੇ 'ਤੇ ਜਾਣਾ ਪੈਂਦਾ, ਫਿਰ ਸਾਡੇ ਕੋਲ ਆ, ਅਸੀਂ ਉਹਦਾ ਹੀ ਕੰਮ ਘਟਾਇਆ, ਆਪਦਾ ਫਾਇਦਾ ਨਹੀਂ ਕੋਈ ਐਡਾ ਕਰਿਆ ਹੈਗਾ। ਬਾਕੀ ਹੋਰ ਹੈ ਨਾ, ਆਪਦੇ ਕੰਡੇ ਦਾ ਇਹ ਵੀ ਹੈ ਨਾ, ਆਪਾਂ ਨਾਲ ਤਸੱਲੀ ਹੋ ਜਾਂਦੀ, ਤਸੱਲੀ ਹੋ ਜਾਂਦੀ ਵੀਰੇ, ਤਸੱਲੀ ਹੋ ਜਾਂਦੀ, ਹਾਂ, ਸਹੀ ਕੁਆਂਟਿਟੀ ਦੇ ਵਿੱਚ ਮਿਲ ਰਿਹਾ। ਅਤੇ ਇੱਕ ਇਹ ਨਿਊ ਹੋਲੈਂਡ 60-10 ਟਰੈਕਟਰ, ਇਹ ਕਾਹਦੇ ਵਾਸਤੇ ਰੱਖਿਆ? ਇਹ ਵੀਰੇ ਆਪਾਂ ਨੇ ਲੋਡਰ ਲਵਾਇਆ ਹੋਇਆ ਜੀ, ਜਿਹੜਾ ਇਹ TMR ਮਸ਼ੀਨ ਆ ਨਾ, ਜਿਹਦੇ ਨਾਲ ਆਪਾਂ ਪੱਠੇ ਮਿਕਸ ਕਰਦੇ ਹਾਂ, ਇਹਨੂੰ TMR ਕਹਿੰਦੇ ਹਾਂ, ਇਹਦੇ ਨਾਲ ਆਪਾਂ ਲੋਡ ਕਰਕੇ, ਨਹੀਂ ਇਹ ਇਹ ਪੱਟ ਕੇ, ਇਹ ਪੱਟਦਾ ਵੀਰੇ ਉੱਥੇ ਟੋਏ 'ਚ, ਉੱਥੇ ਪਾਉਣ ਦਾ ਉਹ ਪੱਟ ਕੇ, ਹਾਂ ਆਪਾਂ ਉੱਥੇ ਲਵੀ ਇਹਨੂੰ ਖੜਾ ਦਿੰਦੇ ਹਾਂ ਜੀ, ਇਹਨੂੰ ਭਰ ਕੇ ਆਪਾਂ ਗਾਵਾਂ ਨੂੰ ਫੀਡ ਕਰਦੇ ਹਾਂ, ਇਹਨੂੰ ਭਰ ਕੇ ਜਿਵੇਂ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਦਿਖਾ ਦਾਂਗੇ ਵੀ ਇਹਦੇ ਵਿੱਚ ਬਲੇਡ ਜਿਹਾ ਲੱਗਿਆ ਹੋਇਆ ਉਹਦੇ ਨਾਲ। ਹਾਂ ਵੀ ਇਹ ਮਿਕਸਰ ਕਹਿ ਲਓ, ਬਸ ਮਿਕਸਰ ਹੀ ਹੈ, ਜਿਵੇਂ ਆਮ ਆਪਣੀ ਮਿਕਸ ਹੀ ਹੁੰਦੀ ਆ, ਬਿਲਕੁਲ ਘਰਾਂ ਦੇ ਵਿੱਚ ਉਹੀ ਚੀਜ਼ ਹੈ ਇਹ, ਜਿਵੇਂ ਸ਼ੇਕ ਵਗੈਰਾ ਬਣਾਉਂਦੇ ਆਪਾਂ ਇਹ ਜਾਨਵਰਾਂ ਲਈ ਬਣਾਉਂਦੇ। ਜੀ ਜੀ ਜੀ, ਅਤੇ ਇੱਕ ਹੁਣ ਵੀਡੀਓ ਦੇ ਆਪਾਂ ਬਿਲਕੁਲ ਅੰਤ ਦੇ ਵਿੱਚ ਪਹੁੰਚ ਚੁੱਕੇ ਹਾਂ, ਬਹੁਤ ਹੀ ਲੰਬੀ ਵੀ ਨਾ ਲਜਾਈਏ, ਹਰੇਕ ਕੰਮ ਦੇ ਵਿੱਚ ਦੋ ਚੀਜ਼ਾਂ ਮੇਨ ਹੁੰਦੀਆਂ ਨੇ। ਹਾਂਜੀ,
ਉਹਦੇ ਬਾਰੇ ਥੋੜਾ ਜਿਹਾ ਦੱਸੋ, ਜਿਹੜੇ ਡੇਅਰੀ ਫਾਰਮ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ, ਇਹਦੇ ਵਿੱਚ ਮੁੱਖ ਖਰਚੇ ਕੀ ਨੇ ਵੱਡੇ? ਵੀਰੇ ਮੁੱਖ ਖਰਚੇ ਤਾਂ ਦੇਖੋ ਇਹਨਾਂ ਦੇ ਫੀਡ ਦੇ ਨੇ ਜੀ। ਜੇ ਗਾਵਾਂ ਪਾਉਣੀਆਂ ਪੈਣਾ, ਗਾਵਾਂ ਤਾਂ ਪਾਉਣੀਆਂ ਪੈਣਗੀਆਂ, ਆਪਾਂ ਨੇ ਕੰਮ ਚਾਲੂ ਕਰਨਾ, ਕੰਮ ਚਾਲੂ ਕਰਨਾ, ਠੀਕ ਹੈ ਨਾ। ਗਾਵਾਂ ਦੀ ਹੋ ਗਈ ਫੀਡ, ਗਾਵਾਂ ਵਾਸਤੇ ਇਹਨਾਂ ਨੂੰ ਫੀਡ ਆਪਾਂ ਨੂੰ ਸਾਇਲੇਜ ਪਹਿਲਾਂ ਕਰਨਾ ਪਊਗਾ ਸਾਲ ਦਾ। ਤੇ ਫੀਡ ਆਪਾਂ ਆਪਣਾ ਬਣਾਉਣਾ? ਹਾਂ ਵੀਰੇ, ਫੀਡ ਆਪਦੀ ਆਪਦੀ ਫਾਰਮੂਲੇਸ਼ਨ ਆ, ਕਿਸੇ ਨਾ ਕਿਸੇ ਨਿਊਟ੍ਰੀਸ਼ਨ ਤੋਂ ਆਪਾਂ ਠੀਕ ਕਰਵਾ ਲੈਂਦੇ ਹਾਂ। ਇਨਗਰੀਡੀਐਂਟਸ ਸਾਰੇ ਆਪਣੇ? ਹਾਂ, ਨਿਊਟ੍ਰੀਸ਼ਨ ਤੋਂ ਸੈੱਟ ਕਰਵਾ ਕੇ ਫਾਰਮੂਲੇਸ਼ਨ, ਗੱਭਣਾਂ ਦੀ ਅੱਡ, ਮਿਲਕਿੰਗ ਵਾਲਿਆਂ ਦੀ ਅੱਡ, ਬੱਚਿਆਂ ਦੀ ਅੱਡ, ਮਤਲਬ ਉਹਦੇ ਅਕੋਰਡਿੰਗ ਆਪਣਾ ਫੀਡ ਬਣ ਕੇ ਆ ਜਾਂਦਾ ਉਸ ਹਿਸਾਬ ਨਾਲ। ਇੱਥੇ ਮੈਸੇਜ ਕੀ ਦੇਣਾ ਚਾਹੋਗੇ ਵੀ ਫੀਡ ਆਪਣੇ ਹੀ ਤਿਆਰ ਕਰਾਓ ਜਾਂ ਮੁੱਲ ਵਾਲਾ? ਦੇਖੋ ਪਤਾ ਕੀ ਗੱਲ ਆ, ਮੁੱਲ ਵਾਲੇ ਨੂੰ ਹਰੇਕ ਫਾਰਮਰ ਦੇ ਆਪਦਾ ਆਪਦਾ ਦਿਮਾਗ, ਆਪਦੀ ਆਪਦੀ ਡੱਬੀ ਲੱਗੀ ਹੋਈ ਆ। ਹੁਣ ਮੈਂ ਕਦੇ ਅੱਜ ਤੱਕ ਕੰਪਨੀ ਦਾ ਫੀਡ ਨਹੀਂ ਪਾ ਹੋਇਆ, ਮੇਰੇ ਤੋਂ ਪਾਇਆ 5-10 ਦਿਨ, ਮੈਨੂੰ ਠੀਕ ਨਹੀਂ ਲੱਗਿਆ ਹੈਗਾ, ਉਹਦੇ ਮਣੇ ਨਹੀਂ ਖੜਦਾ ਬਾਈ। ਬਿਲਕੁਲ, ਗੱਲ ਤਾਂ ਮਣ ਖੜਾ ਹੁੰਦੀ ਹੈ ਜਿਹੇ ਕੰਮੇ ਕਰੇ। ਪ੍ਰਾਈਜ਼ ਦਾ ਵੀ ਫਰਕ ਪੈਂਦਾ ਵੀਰੇ? ਪੈਂਦਾ ਪ੍ਰਾਈਜ਼ ਦਾ ਫਰਕ, ਬਹੁਤ ਫਾਰਮਰ ਨੇ ਕੰਪਨੀ ਦਾ ਵੀ ਲੈ ਕੇ ਫੀਡ ਪਾਉਂਦੇ ਆ, ਕੰਪਨੀਆਂ ਤੇ ਚੱਲਦੇ ਆ, ਪਰ ਦੇਖ ਸਾਤੋਂ ਨਹੀਂ ਪਿਆ ਹੈਗਾ, ਸਾਤੋਂ ਨਹੀਂ ਪਿਆ, ਚਾਹੇ 50 ਸਾਲ ਲਾ ਲਾ, 53 ਲਾ ਲਾ, ਪਰ ਅਸੀਂ ਰੈਡੀਮੇਡ ਨਹੀਂ ਪਾਇਆ ਕਦੇ, ਅਸੀਂ ਪਾਇਆ ਸਾਰਾ ਆਪਦਾ ਹੀ। ਤੇ ਫੀਡਿੰਗ ਤੋਂ ਹਟ ਕੇ ਜਿਹੜੇ ਇਸ ਤੋਂ ਬਾਅਦ ਖਰਚੇ ਨੇ, ਉਹ ਤਾਂ ਜਾਂ ਲੇਬਰ ਦਾ ਆ ਗਿਆ ਵੀਰੇ? ਲੇਬਰ ਦਾ ਬਸ, ਬਾਕੀ ਤਾਂ ਮੈਡੀਸਨਾਂ, ਉਰੇ ਜਦ ਸ਼ਿਫਟ ਕਰਿਆ ਫਾਰਮ, ਮੈਡੀਸਨ ਪਹਿਲਾਂ ਕਵਰ ਕਰੀ ਚੁੱਕੇ ਹੋ ਵੀ ਲੇਬਰ ਦਾ ਆਪਾਂ ਮਸ਼ੀਨਾਂ ਦੇ। ਬਿਲਕੁਲ ਬਿਲਕੁਲ, ਹੁਣ ਤਾਂ ਵੀਰੇ ਮੈਡੀਸਨ ਮੈਡੀਕਲ ਸਰਨ ਤੋਂ ਵੀ ਸੌਖੀ ਮੰਨ ਤੂੰ ਬਸ। ਤੇ ਮਸ਼ੀਨਾਂ ਦਾ ਬਹੁਤ ਜ਼ਿਆਦਾ ਖਰਚਾ ਘੱਟ ਜਾਂਦਾ ਲੇਬਰ ਨਾਲੋਂ ਵੀਰੇ? ਪਤਾ ਕੀ ਆ, ਹੁਣ ਮਸ਼ੀਨਰੀ ਤੌਰ 'ਤੇ ਲਿਆ ਕੇ ਸਿਸਟਮ ਨੂੰ ਸਾਰੇ ਨੂੰ, ਬੰਦੇ ਦਾ ਦਿਮਾਗ ਫਰੀ ਆ, ਇਹ ਬੰਦਿਆਂ ਦੀ ਲੇਬਰ ਵਾਲਿਆਂ ਦੀ ਬੀਨ ਨਹੀਂ ਵਜਾਉਣੀ ਪੈਂਦੀ ਹੈਗੀ ਕੰਮ ਦੇ ਵਿੱਚ ਵੀ ਯਾਰ ਤੂੰ ਆਹ ਨਹੀਂ ਕਰੇ ਆਹ ਕਰਿਆ, ਨਾਲੇ ਤਾਂ ਇਹਨਾਂ ਦੀ ਪੂੰਸ ਬਿੰਗੀ ਰਹਿੰਦੀ ਆ ਸਵੇਰ ਤੋਂ ਹੀ ਹੋ ਜਾਂਦੀ ਹੈ ਉੱਠਣ ਦੇ ਟਾਈਮ ਤੋਂ ਹੀ, ਨਾਲੇ ਤਾਂ ਇਹ ਫਰੀ ਨੇ ਨਾਲੇ ਅਸੀਂ ਫਰੀ ਹਾਂ, ਸਾਡੇ ਐਨੀਮਲ ਤਾਂ ਫਰੀ ਹੋਣੇ ਹੋਣੇ ਨੇ ਬਾਈ, ਇਹਨਾਂ ਨੂੰ ਕੰਫਰਟੇਬਲ ਮਿਲ ਗਿਆ ਸਾਰਾ ਜੀ ਸਿਸਟਮ। ਇਹ ਤਾਂ ਹੋ ਗਏ ਮੁੱਖ ਆਪਣੇ ਖਰਚੇ, ਹੁਣ ਆਪਾਂ ਇਨਕਮ ਦੇ ਤੌਰ 'ਤੇ ਗੱਲ ਕਰੀਏ, ਜੇ ਮੇਨ ਦੁੱਧੀ ਹੈ ਵੀਰੇ, ਇਨਕਮ ਆਪਾਂ ਮੋਟਾ ਜਿਹਾ ਹਿਸਾਬ ਲਾ ਲਾ, 1 ਕਿੱਲੇ ਦੇ ਮੁਕਾਬਲੇ 1 ਗਾਂ ਦੇ ਦਿੰਦੀ ਆ, 1 ਕਿੱਲੇ ਦੀ ਆਮਦਨ ਆ ਸਾਲ ਦੀ ਨਾ, ਇੱਥੇ ਕਿੱਲੇ ਚੋਂ ਉਹ 1 ਗਾਂ ਦੀ ਮੰਨ ਲਾ। ਬਹੁਤ ਵੱਡੀ ਗੱਲ ਕਹਿ ਰਹੇ ਹੋ ਵੀਰੇ, ਐਡੀ ਉਹ ਆ, ਸਾਨੂੰ ਤਾਂ ਇਦਾਂ ਦੀ ਮਿਲਿਆ, ਦੇਖ ਬਾਕੀਆਂ ਦਾ ਫਾਰਮਰ ਮੇਰੇ ਤੋਂ ਵੱਡੇ ਵੀ ਨੇ। ਇੱਥੇ ਇੱਥੇ ਫਿਰ ਇੱਕ ਚੀਜ਼ ਹੋਰ ਕਲੀਅਰ ਕਰੋ, 1 ਕਿੱਲਾ ਘਰ ਦਾ ਠੇਕੇ ਤੇ, ਜੇ ਤਾਂ ਬਾਈ ਮੈਂ ਠੇਕੇ ਦਾ ਤਾਂ ਰਲੇ ਨਹੀਂ ਸਕਦਾ, ਠੇਕੇ ਵਾਲਾ ਤਾਂ 1 ਕਿੱਲਾ ਨਾ, ਜਿੱਥੋਂ ਤੱਕ ਸਾਡਾ ਤਜਰਬਾ, ਖੇਤੀਬਾੜੀ ਅਸੀਂ ਵੀ ਕਰਦੇ ਆ, ਬਾਕੀ ਹਰੇਕ ਦਾ ਵੱਖੋ। ਬਾਈ ਤੁਹਾਡੇ ਹਿਸਾਬ ਨਾਲ ਕਿੱਲੇ ਦੀ ਕੀ ਆਮਦਨ ਹੋਵੇ ਇੱਕ ਸਾਲ ਦੀ? ਬਾਈ 10-15 ਕਦੇ ਹੁੰਦਾ ਮਾਰਜਨ, ਕੋਈ ਬਾਹਲਾ ਵੱਡਾ ਉਹ ਨਹੀਂ, ਕਈ ਵਾਰੀ ਤਾਂ 10-15 ਹਜ਼ਾਰ ਦਾ ਠੇਕੇ ਤੇ ਲੈ ਕੇ 10-15 ਹਜ਼ਾਰ ਕੀ ਬਚਾਉਂਦਾ ਬਸ ਸਾਲ ਦਾ, ਘੱਟ ਜਾਂਦਾ ਸਾਡਾ ਤਾਂ ਕਦੇ 15 ਤੋਂ ਵਧਿਆ ਨਹੀਂ। ਕਿਉਂ ਨਿਰਮਲ ਬਾਈ? ਬਾਈ ਜਿਹੜਾ ਆਪਦਾ ਕਿੱਲਾ ਉਹ 90 ਹਜ਼ਾਰ ਘੁੰਮਦਾ, ਚਲੋ 90 ਹਜ਼ਾਰ ਘੁੰਮਦਾ ਉਹ ਤਾਂ ਬਾਈ, ਫਿਰ ਇਹ 90 ਤੋਂ ਪਲੱਸ ਜਾਂਦੀ ਆ, ਮੈਂ ਤਾਂ ਲੱਖ ਕਿਹਾ ਇਹ 90 ਤੋਂ ਪਲੱਸ ਜਾਂਦੀ ਆ। ਵੀ ਤੁਹਾਡੀ ਮਤਲਬ ਆਪਦੇ ਘਰ ਦੇ ਕਿੱਲੇ ਤੋਂ ਵੀ ਉੱਪਰ ਹੈ? ਉੱਪਰ ਆ ਵੀਰੇ, ਬਿਲਕੁਲ ਉੱਪਰ ਆ ਵੀਰੇ, 90 ਬਾਈ 50 ਕਿੱਲਿਆਂ ਦਾ ਮਾਲਕ ਤਾਂ ਸਿੱਧਾ ਹੀ ਆ। ਬਸ ਜਿਵੇਂ ਮਰਜ਼ੀ ਕਹਿ ਲਾ ਵੀਰੇ, ਆਪਾਂ 1 170x100 ਦੇ ਥੱਲੇ ਆਪਾਂ 100 ਕਿੱਲੇ ਬੰਨੀ ਬੈਠੇ ਆ, ਬਸ ਤੂੰ ਐਂ ਹਿਸਾਬ ਲਾ, ਬਾਕੀ ਲਾ ਠੇਕੇ ਤੇ ਚੜ ਜਾਂਦਾ ਬਾਈ, ਇਹ ਠੇਕੇ ਤੇ ਨਹੀਂ ਚੜਦੀ ਮੇਨ ਗੱਲ। ਤੇ ਇਨਕਮ ਦਾ ਬਾਈ ਨੇ ਜਿਵੇਂ ਦੱਸ ਹੀ ਦਿੱਤਾ ਮੇਨ, ਤੇ ਇਹਦੀ ਐਗਜੈਕਟ ਇਨਕਮ ਨਹੀਂ ਆਪਾਂ ਪੁੱਛਦੇ, ਕਿਉਂਕਿ ਹਰੇਕ ਕੰਮ ਦਾ ਵੀਰੇ ਐਗਜੈਕਟ ਤਾਂ ਅਸੀਂ 7 ਤੋਂ ਬਣੀ ਨਿਕਲੀ ਹਜੇ ਤੱਕ। ਹਾਂ 7 ਤੋਂ ਬਣੀ ਨਿਕਲੀ ਹੈ, ਹੁਣ ਗੱਲ ਸੁਣੋ, ਜਿਹੜਾ ਅੱਜ ਟਾਈਮ ਚੱਲਦਾ ਇਹ ਡਰਾਈ ਪੀਰੀਅਡ ਆ, ਇਹਦੇ ਵਿੱਚ ਮੈਂ ਕਹਿੰਦਾ ਯਾਰ ਆਹ ਦਿਨਾਂ 'ਚ ਇੱਥੇ ਕੀਲਾ ਢਾਲੂਗੀ ਨਾ, ਨਹੀਂ ਲਾ ਸਕਦੀ। ਇਹ ਤਾਂ ਸਾਲ ਦੇ ਵਿੱਚ ਆਪਾਂ ਲਾਉਣੇ ਆ ਮੋਟਾ ਜਿਹਾ ਹਿਸਾਬ ਜੀ, ਇਹ ਤਾਂ ਮੋਟਾ ਜਿਹਾ ਹਿਸਾਬ, ਮੋਟਾ ਜਿਹਾ ਹਿਸਾਬ ਆ। ਐਗਜੈਕਟ ਇਨਕਮ ਨਾ ਇਹ ਦੱਸ ਸਕਦੇ ਨੇ ਨਾ ਆਪਾਂ ਪੁੱਛਣੀ ਆ, ਤੇ ਦੱਸਣੀ ਵੀ ਨਹੀਂ ਚਾਹੀਦੀ ਕੋਈ, ਕਿਉਂਕਿ ਆਪਾਂ ਜੱਜਮੈਂਟਾਂ ਫਿਰ ਵੱਡੀਆਂ ਲਾ ਦਿੰਦੇ ਆ, ਉੱਥੋਂ ਇਹ ਗੱਲ ਗਲਤ ਹੋ ਜਾਂਦੀ ਆ। ਤੇ ਇੱਕ ਜਿਵੇਂ ਹੁਣ ਆਪਣੇ ਪੰਜਾਬ ਦਾ ਯੂਥ ਹੈ, ਹਾਂਜੀ ਸਰ, ਜਿਹਨੂੰ ਆਪਾਂ ਪਲੱਸ ਟੂ ਤੋਂ ਬਾਅਦ ਪੁੱਛਦੇ ਹਾਂ ਕੀ ਕਰਦਾ ਬਾਈ, ਆਇਲਸ ਨਾ, ਅੱਗੇ ਕਹਿੰਦੇ ਹੁੰਦੇ ਬੀ ਏ ਕਰ ਰਹੇ ਜੇ LL, ਉਹ ਹੁਣ ਸਾਰੇ ਛੱਡ ਗਏ ਸੰਗਰੂਰ ਵਾਲੀ ਬੱਸ ਦੇ ਵਿੱਚ 90% ਸਟੂਡੈਂਟ ਆਇਲਸ ਦੇ, ਤੁਹਾਨੂੰ ਉਹੀ ਬੈਗ ਮਿਲਣੇ। ਅਤੇ ਉਹਨਾਂ ਮਤਲਬ ਕਈ ਹੁਣ ਥੋੜ੍ਹਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ, ਹੁਣ ਉਹ ਗ੍ਰਾਫ ਮੇਰੇ ਹਿਸਾਬ 'ਚ ਆਊਗਾ ਥੱਲੇ। ਅਤੇ ਕੁਛ ਵੀਰ ਸਾਹਿਬ ਇੱਕ ਧੰਦੇ ਅਪਣਾ ਰਹੇ ਨੇ, ਉਹਨਾਂ ਲਈ ਕੀ ਕਹਿਣਾ ਚਾਹੋਗੇ ਵੀ ਇਹ ਜੇ ਕੰਮ ਕਰਨਾ ਕਿਸੇ ਨੇ ਤਾਂ ਘੱਟੋ ਘੱਟ ਕਿੰਨੇ ਬਜਟ 'ਚ ਸਟਾਰਟ ਹੋ? ਵੀਰੇ ਜੇ ਘੱਟੋ ਘੱਟ ਕਰਨਾ ਨਾ, ਇਹਨੂੰ 25 ਲੱਖ ਤੋਂ ਇਨਕਮ ਨਾਲ ਆਪਣਾ ਸਟਾਰਟ ਹੋ ਸਕਦਾ ਇਹ, 25 ਲੱਖ ਖਰਚੇ ਨਾਲ, ਖਰਚੇ ਨਾਲ ਮਤਲਬ 12-14 ਲੱਖ ਦੀਆਂ ਗਾਵਾਂ, 12-14 ਲੱਖ ਦਾ ਸਿਸਟਮ,
अपना काम चल सकता। 30 लाख फॉर्म ते लगन लग गया। बिल्कुल बिल्कुल, देखो वो अगले का मन है, जो फिर भी पैसे है तो जाना तो अगले ने बाहर आ, ठीक है ना, जिदा बाहर का मूड नहीं आप रोक रहे। मैं दस दो 25 लाख ला के मार ना पवे फिर तो कोई गल नहीं है। जिद घट गया जीरो आ गया फ्री करता 25 लाख का मालिक बन फ्री हो गया फ्री मालिक जी। ते तुहाडा तां किता पुरखी है शुरू तो ही चलता रहा। सो ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਤੁਸੀਂ, ਬਹੁਤ ਬਹੁਤ ਧੰਨਵਾਦ ਤੁਹਾਡਾ। ਇੰਨੀ ਵਧੀਆ ਤੁਸੀਂ ਕਰ ਰਹੇ ਹੋ ਮਿਲਕ ਪ੍ਰੋਡਕਸ਼ਨ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ ਲੋਕ ਆਉਣੋ ਡਰਦੇ ਨੇ। ਹਾਂਜੀ, ਤੇ ਤੁਸੀਂ ਇੱਕ ਤਾਪੜ ਕੇ ਕਹਿ ਰਹੇ ਹੋ ਵੀ ਇੰਨੇ ਵਿੱਚ ਬਿਲਕੁਲ ਬਚਦੇ ਨੇ ਵੀਰੇ, ਬਚਦੇ ਨੇ ਜੇ ਆਪਾਂ ਡਿਊਟੀ ਦਿੰਦੇ ਹਾਂ ਵਿੱਚੋਂ, ਜੇ ਘਰੇ ਏਸੀ ਲਾ ਕੇ ਸੌਣਾ ਆ, ਇਹਨਾਂ ਨੂੰ ਗਰਮੀ 'ਚ ਨਹੀਂ ਦੇਖਣਾ ਹੈਗਾ, ਫਿਰ ਨਹੀਂ ਇਹਨਾਂ ਨੂੰ ਰੱਖਣ ਦਾ ਫਾਇਦਾ ਹੈਗਾ ਕੋਈ। ਬਾਈ ਜੀ ਇਹ ਰੱਖਣੇ ਸੌਖੇ ਨਹੀਂ ਹੈਗੇ, ਵੀਰ ਹੋਰਾਂ ਦੀ ਮਿਹਨਤ ਬੋਲਦੀ ਆ, ਮਿਹਨਤ ਦੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾਂਦਾ। ਸੋ ਬਹੁਤ ਬਹੁਤ ਧੰਨਵਾਦ ਜੀ, ਬਾਕੀ ਲਾਈਕ ਕਮੈਂਟ ਕਰਕੇ ਵੀਰ ਹੋਰਾਂ ਦਾ ਹੌਸਲਾ ਜ਼ਰੂਰ ਵਧਾਇਆ ਕਰੋ ਅਤੇ ਸਾਡਾ ਵੀ ਵੱਧਦਾ। ਥੈਂਕ ਯੂ।